ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1379 ਦੇ ਉੱਤੇ ਸ਼ੇਖ ਫਰੀਦ ਸਾਹਿਬ ਜੀ ਦਾ ਇਹ 34 ਨੰਬਰ ਸਲੋਕ ਹੈ। ਅਖਰੀ ਅਰਥ ਇਸ ਪਾਵਨ ਸਲੋਕ ਦੇ ਇਹ ਬਣਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਜੇਕਰ ਮੇਰਾ ਪਿਆਰ ਨਹੀਂ ਘਟਦਾ ਹੈ ਤਾਂ ਇਸ ਪਿਆਰ ਨੂੰ ਪ੍ਰਾਪਤ ਕਰਨ ਦੇ ਵਿੱਚ ਮੇਰੀ ਜਵਾਨੀ ਵੀ ਲੱਗ ਜਾਂਦੀ ਹੈ ਅਤੇ ਮੈਨੂੰ ਫਿਰ ਵੀ ਕੋਈ ਘਾਟੇ ਦਾ ਸੌਦਾ ਨਹੀਂ ਲੱਗਦਾ। ਜੇ ਮੇਰਾ ਜੋਬਨ ਮੇਰੀ ਜਵਾਨੀ ਚਲੀ ਵੀ ਜਾਂਦੀ ਹੈ ਪਰ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਮਿਲ ਜਾਂਦਾ ਹੈ ਤਾਂ ਮੈਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਮੇਰਾ ਜੀਵਨ ਚਲਾ ਜਾ ਰਿਹਾ ਹੈ। ਪਰ ਜਦੋਂ ਮੈਂ ਦੂਸਰੇ ਪਾਸੇ ਹਾਲ ਵੇਖਦਾ ਹਾਂ, ਕਿੰਨੀਆਂ ਹੀ ਜਵਾਨੀਆਂ ਨੇ, ਕਿੰਨੇ ਹੀ ਜੋਬਨ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਜਾਂ ਤਾਂ ਬਿਲਕੁਲ ਸੁੱਕੇ ਹੋਏ ਨੇ ਅਤੇ ਜਾਂ ਕੁਮਲਾਏ ਹੋਏ ਨੇ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕੁਝ ਸੁੱਕ ਗਏ ਨੇ, ਕੁਝ ਕੁਮਲਾ ਗਏ ਨੇ, ਕਿਉਂਕਿ ਪਿਆਰ ਨਹੀਂ ਉਹਨਾਂ ਦੇ ਅੰਦਰ ਪੈਦਾ ਹੋਇਆ ਹੈ। ਸੋ ਇਸ ਪਾਵਨ ਸਲੋਕ ਦੇ ਜੋ ਵਾਹਿਗੁਰੂ ਨੇ ਸਮਝ ਬਖਸ਼ਿਸ਼ ਕੀਤੀ ਹੈ, ਅਸੀਂ ਗਹਿਰੇ ਭਾਵਾਂ ਨੂੰ ਜਾਣਨ ਦੀ ਅਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜੋਬਨ ਜਵਾਨੀ ਸਾਡੇ ਸਰੀਰ ਦੀ ਉਸ ਅਵਸਥਾ ਨੂੰ ਆਖਿਆ ਜਾਂਦਾ ਹੈ ਜਦੋਂ ਅਸੀਂ ਸਰੀਰਕ ਤੌਰ ਦੇ ਉੱਤੇ ਆਪਣੇ ਆਪ ਨੂੰ ਬਿਲਕੁਲ ਪੀਕ ਦੇ ਉੱਤੇ ਮਹਿਸੂਸ ਕਰਦੇ ਹਾਂ। ਹਜ਼ੂਰ ਨੇ ਆਖਿਆ ਹੈ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ। ਤਿੰਨ ਹੀ ਸਰੀਰ ਦੀਆਂ ਅਵਸਥਾਵਾਂ ਨੇ। ਬਚਪਨ ਦੇ ਵਿੱਚ ਵੀ ਓਨੀ ਤਾਕਤ ਨਹੀਂ ਹੈ ਸਰੀਰ ਦੇ ਅੰਦਰ ਅਤੇ ਨਾ ਹੀ ਓਨੀ ਸਮਝ ਹੈ ਜਿੰਨੀ ਜਵਾਨੀ ਦੇ ਵਿੱਚ ਤਾਕਤ ਅਤੇ ਸਮਝ ਹੈ। ਬਜ਼ੁਰਗੀ ਦੇ ਵਿੱਚ ਸਮਝ ਤਾਂ ਹੁੰਦੀ ਹੈ ਪਰ ਤਾਕਤ ਹੌਲੀ ਹੌਲੀ ਘਟਦੀ ਰਹਿੰਦੀ ਹੈ। ਇਹ ਸਰੀਰ ਦਾ ਫੁੱਲ ਹੌਲੀ ਹੌਲੀ ਕਮਲਾਉਣਾ ਸ਼ੁਰੂ ਹੋ ਜਾਂਦਾ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, 85 ਪੱਗ ਖਿੱਸੈ 60 ਕੇ ਬੁਢੇਪਾ ਆਵੇ। 95 ਕੁ ਸਾਲ ਬਾਅਦ ਸਟੈਪ ਹੌਲੀ ਹੌਲੀ ਥਿੜਕਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ, ਫਿਰ 60ਵਿਆਂ ਤੱਕ 'ਤੇ ਜਾ ਕੇ ਬਜ਼ੁਰਗੀ ਆ ਜਾਂਦੀ ਹੈ। 70 ਕਾ ਮਤ ਹੀਣ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ, 70 ਵਾਲੇ ਨੂੰ ਹੌਲੀ ਹੌਲੀ ਗੱਲਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮੋਸਟਲੀ ਇੱਦਾਂ ਹੁੰਦਾ, ਅਸੀਂ ਹਾਂ ਕਾ ਵਿਵਹਾਰ ਨਾ ਪਾਵੇ, ਅੱਸੀਆਂ ਵਾਲਾ ਤਾਂ ਫਿਰ ਹੋ ਸਕਦਾ ਬਹੁਤਿਆਂ ਨੂੰ ਜਾਣੇ ਵੀ ਨਾ, ਕੀ ਕਾਰ ਵਿਹਾਰ ਦੀਆਂ ਗੱਲਾਂ ਉਹਦੇ ਨਾਲ ਕੀਤੀਆਂ ਜਾ ਸਕਦੀਆਂ ਨੇ। ਉਹ ਗੁਰਬਾਣੀ ਨੂੰ ਜਦੋਂ ਅੰਤਰੀਵ ਭਾਵ ਦੇ ਵਿੱਚ ਅਸੀਂ ਪੜ੍ਹਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਗੱਲ ਸਾਨੂੰ ਜ਼ਰੂਰ ਮਿਲੇਗੀ ਕਿ ਬੰਦਗੀ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ, ਭਗਤੀ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ, ਉਮਰ ਦੇ ਕਿਸੇ ਵੀ ਪੜਾਅ 'ਤੇ ਕੀਤੀ ਜਾ ਸਕਦੀ ਹੈ। ਪਰ ਜੇਕਰ ਸਤਿਗੁਰਾਂ ਦੇ ਕੋਲੋਂ ਇਹਦਾ ਜਵਾਬ ਦੂਜੇ ਪਾਸੇ ਤੋਂ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਸਤਿਗੁਰੂ ਇਹੀ ਕਹਿਣਗੇ, ਜੇਕਰ ਬੰਦੇ ਨੇ ਆਪਣੀ ਜਵਾਨੀ ਸੰਭਾਲ ਲਈ, ਜੇਕਰ ਬੰਦੇ ਨੇ ਆਪਣਾ ਉਸ ਵੇਲੇ ਬੰਦਗੀ ਵੱਲ ਧਿਆਨ ਲਗਾ ਲਿਆ
ਉਹਦਾ ਆਉਣ ਵਾਲਾ ਬਜ਼ੁਰਗੀ ਵਾਲਾ ਸਮਾਂ ਉਹ ਸੌਖ ਦੇ ਵਿੱਚ ਬਤੀਤ ਹੋ ਜਾਵੇਗਾ। ਪਰ ਸਾਡੇ ਨਾਲ ਬਿਲਕੁਲ ਇਹਦੇ ਤੋਂ ਉਲਟ ਚੱਲਦਾ ਹੈ, ਕਿਉਂਕਿ ਹਜ਼ਾਰਾਂ ਸਾਲਾਂ ਦੀ ਮਾਨਸਿਕਤਾ ਹੈ ਸਾਡੀ ਇੱਦਾਂ ਦੀ ਬਣਾ ਦਿੱਤੀ ਗਈ, ਜਿਹਦੇ ਵਿੱਚ ਜਵਾਨੀ ਦਾ ਕੰਮ ਸਿਰਫ ਇੱਥੋਂ ਤੱਕ ਸੀਮਿਤ ਰੱਖਿਆ ਹੈ। ਇਹ ਨਹੀਂ ਕਿ ਇਹ ਹੈ ਨਹੀਂ, ਇਹ ਜ਼ਰੂਰੀ ਹੈ, ਪਰ ਜਵਾਨੀ ਦਾ ਕੰਮ ਸਿਰਫ ਇੱਥੋਂ ਤੱਕ ਸੀਮਿਤ ਰੱਖਿਆ ਹੈ ਕਿ ਜਾਂ ਤਾਂ ਪੜ੍ਹੋ ਅਤੇ ਪੜ੍ਹ ਕੇ ਬਾਅਦ ਦੇ ਵਿੱਚ ਨੌਕਰੀ ਦੇ ਵਿੱਚ ਲੱਗ ਜਾਓ। ਗ੍ਰਸਥ ਨੂੰ ਇਸ ਸਮੇਂ ਦੇ ਵਿੱਚ ਰੱਖਿਆ ਹੋਇਆ ਹੈ। ਇਹ ਚੀਜ਼ਾਂ ਗਲਤ ਨਹੀਂ ਨੇ, ਘੱਟ ਨਹੀਂ ਨੇ, ਇਹਨਾਂ ਚੀਜ਼ਾਂ ਦੀ ਜੀਵਨ ਦੇ ਵਿੱਚ ਆਪਣੀ ਇੰਪੋਰਟੈਂਸ ਹੈ, ਪਰ ਸਿਰਫ ਜਦੋਂ ਜੀਵਨ ਨੂੰ ਸੁੱਕਾ ਸੁੱਕਾ ਇਹਨਾਂ ਹੀ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਮਕੈਨੀਕਲ ਜੀ ਮਸ਼ੀਨ ਬਣਾ ਕੇ ਅਤੇ ਬਸ ਇੱਦਾਂ ਹੀ ਲੰਘਾ ਦਿੱਤਾ ਜਾਂਦਾ ਹੈ ਨਾ, ਫਿਰ ਬਜ਼ੁਰਗੀ ਦੇ ਵਿੱਚ ਜਾਂ ਤਾਂ ਪੱਲੇ ਉਦਾਸੀ ਰਹਿ ਜਾਂਦੀ ਹੈ ਅਤੇ ਜਾਂ ਪੱਲੇ ਫਰਸਟ੍ਰੇਸ਼ਨ ਰਹਿ ਜਾਂਦੀ ਹੈ। ਇਹ ਦੋ ਹੀ ਚੀਜ਼ਾਂ ਰਹਿ ਜਾਂਦੀਆਂ ਨੇ ਜੀਵਨ ਦੇ ਵਿੱਚ। ਬੜੇ ਵਿਰਲੇ ਨੇ ਕਿ ਬਜ਼ੁਰਗੀ ਦੇ ਵਿੱਚ ਜੀਵਨ ਖਿੜਿਆ ਰਹਿ ਸਕੇ, ਨਹੀਂ ਤਾਂ ਨਹੀਂ ਖਿੜਿਆ ਰਹਿੰਦਾ ਜੀਵਨ। ਪਹਿਲੀ ਗੱਲ ਤਾਂ ਇਸ ਪਾਸੇ ਤੋਂ ਸਮਝਣ ਦੀ ਹੈ ਕਿ ਅਸੀਂ ਪਿਆਰ ਦੇ ਬਾਰੇ ਇਸ ਜੀਵਨ ਦੇ ਵਿੱਚ ਕੀ ਜਾਣਦੇ ਹਾਂ, ਔਰ ਨਾ ਤਾਂ ਇਹ ਇੱਦਾਂ ਦਾ ਵਿਸ਼ਾ ਹੈ, ਹਾਲਾਂਕਿ ਅਸੀਂ ਰੋਜ਼ ਇਸ ਬਾਬਤ ਬਚਨ ਪੜ੍ਹਦੇ ਹਾਂ। ਮਹਾਰਾਜ ਨੇ ਆਖਿਆ ਹੈ, ਸੱਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਸਾਡੇ ਲਈ ਪਿਆਰ ਦਾ ਮਤਲਬ ਜਦੋਂ ਅਸੀਂ ਇਹਦੀ ਆਪਣੇ ਤੌਰ ਦੇ ਉੱਤੇ ਵਿਆਖਿਆ ਸਮਝਦੇ ਹਾਂ ਤਾਂ ਫਿਰ ਸਾਡਾ ਪਿਆਰ ਆ ਜਾਂਦਾ ਹੈ ਵੀ ਮਾਤਾ ਦਾ ਬੱਚੇ ਦੇ ਨਾਲ ਪਿਆਰ, ਰਿਸ਼ਤੇ ਦਾ ਦੂਜੇ ਰਿਸ਼ਤੇ ਦੇ ਨਾਲ ਪਿਆਰ, ਜੀ ਇਹ ਬੜਾ ਵੱਡਾ ਪਿਆਰ ਹੈ। ਪਰ ਅਸਲ ਦੇ ਵਿੱਚ ਜਿਹੜੀ ਉੱਥੇ ਪਿਆਰ ਦੀ ਗੱਲ ਕੀਤੀ ਗਈ ਹੈ ਉਹ ਪਿਆਰ ਇੱਕ ਅੱਧੇ ਬੰਦੇ ਦੇ ਨਾਲ ਨਹੀਂ ਹੈ, ਵੀ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਅਤੇ ਬਾਕੀਆਂ ਦੇ ਨਾਲ ਹੋਵੇ ਹੀ ਨਾ। ਜਿੱਦਾਂ ਮਾਤਾ ਦਾ ਆਪਣੇ ਬੱਚੇ ਦੇ ਨਾਲ ਤਾਂ ਬਹੁਤ ਪਿਆਰ ਹੈ, ਪਰ ਇਹ ਤਾਂ ਨਹੀਂ ਕਹਿ ਸਕਦੇ ਵੀ ਜਿੱਦਾਂ ਉਹਦਾ ਆਪਣੇ ਬੱਚੇ ਦੇ ਨਾਲ ਪਿਆਰ ਹੈ ਉਹਦਾ ਦੂਜਿਆਂ ਦੇ ਨਾਲ ਵੀ ਉਨਾ ਹੀ ਪਿਆਰ ਹੈ, ਉਹ ਨਹੀਂ ਹੁੰਦਾ ਉਨਾ। ਹਾਂ, ਇਹਨਾਂ ਚੀਜ਼ਾਂ ਤੋਂ ਸਮਝਿਆ ਜਾ ਸਕਦਾ ਸੀ ਵੀ ਜੇ ਪਿਆਰ ਹੋਵੇ ਸੰਸਾਰ ਦੇ ਵਿੱਚ ਤਾਂ ਇੱਦਾਂ ਦਾ ਹੋਣਾ ਚਾਹੀਦਾ ਹੈ। ਇਹ ਸਿੱਖਣ ਦਾ ਪਹਿਲਾ ਸਕੂਲ ਹੈ ਕਿ ਬੇਸਿਕ ਇੱਥੋਂ ਸਮਝ ਲਿਆ, ਆਪ ਨੂੰ ਸਵੰਨ ਜੈਸੇ ਲਾਗਤ ਪਿਆਰੋ ਜੀ ਜਾਣੀਏ ਵੈਸੇ ਪਿਆਰੋ ਸਕਲ ਸੰਸਾਰ ਕੋ, ਭਾਈ ਗੁਰਦਾਸ ਸਾਹਿਬ। ਜਿਵੇਂ ਆਪਣਾ ਬੱਚਾ ਪਿਆਰਾ ਲੱਗਦਾ ਹੈ, ਸਾਰੇ ਸੰਸਾਰ ਦੇ ਬੱਚੇ ਇੱਦਾਂ ਪਿਆਰੇ ਲੱਗਦੇ ਹੋਣ, ਫਿਰ ਕੀ ਹੁੰਦਾ ਹੈ, ਆਪਾਂ ਇੱਕ ਸਟੈਪ ਅੱਗੇ ਪੁੱਟ ਲਿਆ ਹੈ ਪਿਆਰ ਦਾ। ਸਾਨੂੰ ਘਰ ਦੇ ਵਿੱਚ ਪਿਆਰ ਕਰਨ ਦੀ ਜਾਂਚ, ਘਰ ਦੇ ਵਿੱਚ ਪਿਆਰ ਮਿਲਦਾ ਹੀ ਇਸ ਕਰਕੇ ਹੈ, ਜੇ ਮਿਲਿਆ ਹੈ ਤੇ ਉਹ ਮਿਲਦਾ ਹੀ ਇਸ ਕਰਕੇ ਹੈ ਕਿ ਅਸੀਂ ਇਹਨੂੰ ਐਕਸਪੈਂਡ ਕਰਨਾ ਹੈ, ਇਹਨੂੰ ਵੱਡਾ ਕਰਨਾ ਹੈ। ਪਰ ਸਾਡਾ ਜਾਂ ਤਾਂ ਮੈਂ ਦੇ ਉੱਤੇ ਪਿਆਰ ਮੁੱਕ ਜਾਂਦਾ ਹੈ ਅਤੇ ਜਾਂ ਫਿਰ ਮੇਰੇ ਦੇ ਉੱਤੇ ਪਿਆਰ ਮੁੱਕ ਜਾਂਦਾ ਹੈ। ਪਹਿਲਾਂ ਤਾਂ ਮੈਨੂੰ ਮੈਂ ਹੀ ਪਿਆਰਾ ਲੱਗਦਾ ਹਾਂ, ਜੇ ਇਹਦੇ ਤੋਂ ਥੋੜ੍ਹਾ ਜਿਹਾ ਅੱਗੇ ਚਲਾ ਜਾਵਾਂ ਅਤੇ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੇ ਉੱਤੇ ਮੇਰੀ ਪਕੜ ਹੈ ਉਹ ਸਾਰੀਆਂ ਪਿਆਰੀਆਂ ਲੱਗਦੀਆਂ ਨੇ, ਜਿਨ੍ਹਾਂ ਦੇ ਉੱਤੇ ਪਕੜ ਨਹੀਂ ਹੈ ਉਹਨਾਂ ਦੇ ਨਾਲ ਹੋ ਸਕਦਾ ਨਫ਼ਰਤ ਵੀ ਹੋਵੇ, ਅਤੇ ਜਿੱਥੇ ਪਿਆਰ ਹੈ ਉੱਥੇ ਨਫ਼ਰਤ ਕਦੀ ਹੈ। ਉੱਥੇ ਤਾਂ ਵੇਖੋ ਨਾ ਕਿ ਆਪਣੀ ਆਪਣੀ ਜ਼ਿੰਦਗੀ ਦੇ ਤਜ਼ਰਬੇ ਕਹਿ ਸਕਦੇ ਹਾਂ ਅਤੇ ਆਪਾਂ ਇਹਨੂੰ ਇੱਦਾਂ ਸਮਝ ਲਈਏ। ਅਜੇ ਤੱਕ ਬਹੁਤੇ ਬੰਦਿਆਂ ਨੇ ਇਸ ਜੀਵਨ ਦੇ ਵਿੱਚ ਉਹਨੂੰ ਮੈਚੋਰਿਟੀ ਦੀ ਘਾਟ ਕਹਿ ਲਈਏ, ਕੁਝ ਕਹਿ ਲਈਏ, ਜੀਵਨ ਦੀ ਸਮਝ ਕਹਿ ਲਈਏ, ਜਾਂ ਗੱਲਾਂ ਨਹੀਂ ਪਤਾ ਹੁੰਦੀਆਂ ਜੀਵਨ ਦੀਆਂ ਇਸ ਪਾਸੇ ਦੀਆਂ। ਇਹ ਜੋ ਸਰੀਰ ਦੀ ਖਿੱਚ ਨੂੰ ਹੀ ਪਿਆਰ ਦਾ ਨਾਮ ਦੇ ਦਿੱਤਾ ਗਿਆ ਹੈ, ਇਹਨੂੰ ਗੁਰਬਾਣੀ ਦੇ ਵਿੱਚ ਮੋਹ ਦਾ ਚਿੱਕੜ ਆਖਿਆ ਹੈ। ਉਹ ਸਰੀਰ ਦੀ ਖਿੱਚ ਹੈ ਨਾ,
ਵੀ ਉਹਦਾ ਸਰੀਰ ਬੜਾ ਸੋਹਣਾ ਲੱਗਦਾ ਹੈ, ਦੂਜੇ ਨੂੰ ਉਹਦਾ ਸਰੀਰ ਬੜਾ ਸੋਹਣਾ ਲੱਗਦਾ ਹੈ, ਇਹ ਇਸ ਸਰੀਰ ਦੀ ਖਿੱਚ ਦਾ ਇੱਕ ਲੈਵਲ ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਕੱਖ ਨਹੀਂ ਹੈ, ਇਹਦਾ ਆਪਣਾ ਹੈ, ਇਹਦਾ ਆਪਣਾ ਪ੍ਰਭਾਵ ਹੈ ਜੀਵਨ ਦੇ ਵਿੱਚ। ਸਭੇ ਵਸਤੂ ਮਿੱਠੀਆਂ ਇਹਦੇ ਵਿੱਚ ਹੀ ਆ ਜਾਂਦੀਆਂ ਨੇ, ਇਹਦਾ ਪ੍ਰਭਾਵ ਹੈ। ਪਰ ਇਹ ਜਿੰਨਾ ਕੁਝ ਹੈ, ਜੇਕਰ ਅਸੀਂ ਕਹਿ ਲਈਏ ਵੀ ਬੰਦਾ ਇਹਦੇ ਵਿੱਚੋਂ ਮੰਜ਼ਿਲ ਤੱਕ ਪਹੁੰਚ ਜਾਵੇ, ਵਿਰਲਾ ਪਹੁੰਚ ਜਾਵੇ, ਤਾਂ ਵਾਹ ਭਲੀ ਗੱਲ ਹੈ, ਨਹੀਂ ਤਾਂ ਸਾਰੇ ਜਾਣੇ ਉਸ ਮੋਹ ਦੇ ਚਿੱਕੜ ਦੇ ਵਿੱਚ ਹੀ ਰਹਿ ਜਾਂਦੇ। ਇਹਨੂੰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਹੈ, ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨ ਹੈ ਕੀ ਆ, ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਹੰਡੂਬੀ ਵਾਲੇ। ਉਹ ਇੰਨਾ ਚਿੱਕੜ ਹੈ, ਹਰ ਜਣਾ ਆਪਣੇ ਚਿੱਕੜ ਨੂੰ ਵਧੀਆ ਤੋਂ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਮੈਂ ਫਿਰ ਦੁਹਰਾ ਦੇਵਾਂ, ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਹੀ ਇਹ ਖਤਮ ਹੈ ਅਤੇ ਬਿਲਕੁਲ ਕੱਖ ਨਹੀਂ ਹੈ ਕਿ ਅਸੀਂ ਕਿਸੇ ਨੂੰ ਕਹਿ ਦਈਏ ਜੀ ਉਹ ਵੀ ਨਹੀਂ ਸਹੀ, ਆਹ ਵੀ ਨਹੀਂ ਸਹੀ। ਪਰ ਜਦੋਂ ਅਸੀਂ ਮੈਜੋਰਿਟੀ ਦਾ ਹਾਲ ਵੇਖਦੇ ਹਾਂ ਅਤੇ ਉਦੋਂ ਪਿਆਰ ਦਾ ਮਤਲਬ ਸਿਰਫ ਸਰੀਰਾਂ ਦੀ ਖਿੱਚ ਹੈ ਅਤੇ ਬਸ ਇਹਨੂੰ ਹੀ ਬੰਦਾ ਆਪਣਾ ਰੱਬ ਬਣਾ ਕੇ ਬੈਠਾ ਹੋਇਆ ਹੈ। ਕਲ ਕਲਵਾਲੀ ਕਾਮ ਮੱਧ ਮਨੁਆ ਪੀਵਣ ਹਾਰ, ਕ੍ਰੋਧ ਕਟੋਰੀ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਕਾਮ ਦਾ ਨਸ਼ਾ ਹੈ, ਬਸ ਉਹ ਨਸ਼ਾ ਬੰਦੇ ਨੂੰ ਚੜ੍ਹਦਾ ਰਹੇ, ਇਸ ਕਰਕੇ ਬੰਦੇ ਨੂੰ ਸਰੀਰਾਂ ਦੀ ਖਿੱਚ ਲੱਗੀ ਹੋਈ ਹੈ ਅਤੇ ਬੰਦਾ ਸੋਚਦਾ ਹੈ ਮੈਂ ਬੜੇ ਪਿਆਰ ਦੇ ਵਿੱਚ ਜੀ ਰਿਹਾ। ਔਰ ਇਹੀ ਪਿਆਰ ਥੋੜ੍ਹਿਆਂ ਸਾਲਾਂ ਦੇ ਬਾਅਦ ਜਦੋਂ ਨਫ਼ਰਤ ਦੇ ਵਿੱਚ ਬਦਲ ਜਾਂਦਾ ਹੈ, ਫਿਰ ਜਿੰਨਾ ਪਿਆਰ ਹੁੰਦਾ ਉਦੋਂ ਤੋਂ ਦੁੱਗਣੀ ਬੰਦੇ ਦੇ ਅੰਦਰੋਂ ਨਫ਼ਰਤ ਹੋ ਕੇ ਨਿਕਲਦੀ ਹੈ। ਉਹ ਜਿਹੜੀ ਦੁੱਗਣੀ ਨਫ਼ਰਤ ਹੋ ਕੇ ਨਿਕਲੀ ਹੈ, ਅਸਲ ਦੇ ਵਿੱਚ ਪਹਿਲਾਂ ਵੀ ਪਿਆਰ ਨਹੀਂ ਸੀ, ਉਹ ਕਿਤੇ ਨਾ ਕਿਤੇ ਕੁਝ ਮਤਲਬ ਸੀ ਆਪਣੀਆਂ ਜ਼ਿੰਦਗੀਆਂ ਦੇ, ਜਾਂ ਤਾਂ ਉਹ ਪੂਰੇ ਹੋਣੇ ਬੰਦ ਹੋ ਗਏ ਨੇ, ਜਾਂ ਬੰਦੇ ਨੂੰ ਕਿਸੇ ਹੋਰ ਥਾਂ ਤੋਂ ਉਹ ਮਤਲਬ ਪੂਰਾ ਹੋਣ ਲੱਗ ਪਿਆ ਹੈ। ਇਸ ਕਰਕੇ ਬੰਦੇ ਦੇ ਜਿੰਨੇ ਪਹਿਲੇ ਸੰਬੰਧ ਸੀ ਉਹ ਸਮਾਜ ਧੱਕੇ ਨਾਲ ਜੋੜ ਕੇ ਰੱਖ ਲਵੇ ਤਾਂ ਵਧੀਆ ਗੱਲ ਹੈ, ਵਿੱਚੋਂ ਤਾਂ ਕੱਖ ਵੀ ਨਹੀਂ ਨਿਕਲਦਾ ਪਿਆ। ਔਰ ਇਹਨੂੰ ਅਸੀਂ ਪਿਆਰ ਦਾ ਨਾਮ ਦਿੱਤਾ ਹੋਇਆ ਹੈ। ਔਰ ਗੁਰੂ ਬਖਸ਼ਿਸ਼ ਕਰੇ, ਇੱਥੇ ਅਸੀਂ ਦੁਨੀਆਂ ਨੂੰ ਆਪਣੇ ਇਸੇ ਇਲਾਕੇ ਦੀ ਜਾਂ ਦੇਸ਼ ਦੀ ਮਾਨਸਿਕਤਾ ਨੂੰ ਪੁੱਛ ਕੇ ਵੇਖ ਲਈਏ ਵੀ ਪਿਆਰ ਕੀ ਹੈ। ਲੈਕਚਰ ਬੜੇ ਬੜੇ ਲੰਮੇ ਨੇ, ਪਰ ਸੱਚੀ ਗੱਲ ਜੇ ਜਿਨ੍ਹਾਂ ਬੰਦਿਆਂ ਨੂੰ ਕ੍ਰੋਧ ਦਾ ਤਜ਼ਰਬਾ ਹੈ ਉਹਨਾਂ ਪਿਆਰ ਦਾ ਤਜ਼ਰਬਾ ਨਹੀਂ ਹੈ, ਜਿਨ੍ਹਾਂ ਬੰਦਿਆਂ ਨੂੰ ਸਾੜੇ ਦਾ ਤਜ਼ਰਬਾ ਹੈ, ਈਰਖਾ ਦਾ ਤਜ਼ਰਬਾ ਹੈ, ਉਹਨਾਂ ਪਿਆਰ ਦਾ ਤਜ਼ਰਬਾ ਨਹੀਂ ਹੈ। ਔਰ ਇਹ ਵੀ ਆਖ ਦੇਵਾਂ, ਜਿਨ੍ਹਾਂ ਬੰਦਿਆਂ ਨੂੰ ਸਰੀਰਾਂ ਦੀ ਖਿੱਚ ਦਾ ਤਜ਼ਰਬਾ ਹੈ ਉਹਨਾਂ ਪਿਆਰ ਦਾ ਤਜ਼ਰਬਾ ਹੈ ਹੀ ਨਹੀਂ ਹੈ। ਘੱਟੋ ਘੱਟ ਜੀਵਨ ਦੇ ਵਿੱਚ ਇੱਕ ਚੀਜ਼ ਪ੍ਰਬਲ ਰਹਿਣੀ ਹੈ, ਜਵਾਨੀ ਹੈ ਨਾ, ਜਵਾਨੀ ਦੀ ਆਪਣੀ ਖਿੱਚ ਹੁੰਦੀ ਹੈ। ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲਹਿਰੀ ਦੇ, ਜਦੋਂ ਜਵਾਨੀ ਲਹਿਰਾਂ ਦਿੰਦੀ ਹੈ ਨਾ, ਫਿਰ ਵਾਕਿਆ ਹੀ ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਮੇ, ਫਿਰ ਬੰਦੇ ਨੂੰ ਕਿੱਥੇ ਚੰਗੇ ਅਤੇ ਬੁਰੇ ਦੀ ਸਮਝ ਲੱਗਦੀ ਹੈ। ਫਿਰ ਆਪਣੀਆਂ ਗੱਲਾਂ ਨੂੰ ਆਪ ਅਸੀਂ ਜਸਟੀਫਾਈ ਕਰ ਰਹੇ ਹੁੰਦੇ ਹਾਂ, ਮੈਂ ਗਲਤ ਹੋ ਹੀ ਨਹੀਂ ਸਕਦਾ, ਮਾਂ ਪਿਓ ਗਲਤ ਹੈ, ਸੁਸਾਇਟੀ ਗਲਤ ਹੈ, ਮੈਂ ਬਿਲਕੁਲ ਸਹੀ ਹਾਂ। ਤਾਂ ਉਹਨੂੰ ਨਾਮ ਦੇ ਦਿੱਤਾ ਹੈ ਬੰਦੇ ਨੇ ਆਪਣੇ ਪਿਆਰ ਦਾ। ਇੱਕ ਛੋਟੀ ਜਿਹੀ ਉਦਾਹਰਣ ਹੈ, ਜਿਹਨੂੰ ਵਿਚਾਰਵਾਨ ਇੱਦਾਂ ਆਖਦੇ ਹੁੰਦੇ ਨੇ ਕਿ ਪਿਆਰ ਦਾ ਮਤਲਬ ਕੀ ਹੈ। ਪਿਆਰ ਦਾ ਮਤਲਬ ਹੈ ਅਸੀਂ ਦੂਸਰੇ ਦੇ ਲਈ ਕੀ ਕਰ ਸਕਦੇ ਹਾਂ ਜੀਵਨ ਦੇ ਵਿੱਚ, ਬਸ ਇਹੀ ਚੀਜ਼ ਹੈ ਇਹਦੀ ਵਿਆਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਸਾਰ ਪਿਆਰਾ ਲੱਗਦਾ ਹੈ, ਕੀ ਕਰ ਦਿੱਤਾ ਸੰਸਾਰ ਦੇ ਲਈ, ਬੱਚੇ ਕੁਰਬਾਨ ਕਰ ਦਿੱਤੇ ਨੇ। ਉਹ ਸੰਸਾਰ ਪਿਆਰਾ ਇਸ ਪਾਸੇ ਤੋਂ ਲੱਗਦਾ ਹੈ ਕਿ ਇਹਦੇ ਵਿੱਚ ਕੁਰਬਾਨੀ ਹੈ, ਅਸੀਂ ਆਪਣੇ ਆਪੇ ਨੂੰ ਕਿੰਨਾ ਕੁਰਬਾਨ ਕਰ ਸਕਦੇ ਹਾਂ, ਨਾ ਕਿ ਇਸ ਚੀਜ਼ ਦੇ ਵਿੱਚ ਪਿਆਰ ਆ ਗਿਆ ਹੈ ਵੀ ਹੁਣ ਇਹ ਚੀਜ਼ ਮੇਰੀ ਹੋ ਗਈ ਹੈ ਅਤੇ ਇਹਨੂੰ ਮੈਂ ਹਰ ਚੀਜ਼ ਹਰ ਹੀਲੇ ਇਹਨੂੰ ਆਪਣੇ ਕੋਲ ਜੋੜ ਕੇ ਰੱਖਣਾ ਹੈ।
ਉਹਦੇ ਵਿੱਚ ਜੋੜਨ ਦਾ ਤੋੜਨ ਦਾ ਮਤਲਬ ਹੀ ਨਹੀਂ ਹੁੰਦਾ, ਪਿਆਰ ਦਾ ਮਤਲਬ ਸਿਰਫ ਪਿਆਰ ਹੈ ਬਸ। ਭਾਈ ਵੀਰ ਸਿੰਘ ਨੇ ਇੱਕ ਗੱਲ ਆਖੀ ਹੈ ਨਾ, ਉਹ ਕਹਿੰਦੇ ਨੇ ਕਿ ਇੱਕ ਬੰਦਾ ਗੁਲਾਬ ਦਾ ਫੁੱਲ ਤੋੜ ਦੇ ਲੈਂਦਾ, ਉਹਨੇ ਫੁੱਲ ਤੋੜਿਆ ਅਤੇ ਅਜੇ ਦੂਜੇ ਫੁੱਲ ਨੂੰ ਹੱਥ ਪਾਉਣ ਲੱਗਾ ਅਤੇ ਕਹਿੰਦੇ ਫੁੱਲ ਬੋਲ ਪਿਆ। ਫੁੱਲ ਨੇ ਬੋਲ ਕੇ ਆਖਿਆ ਵੀ ਕਾਹਦੇ ਲਈ ਤੋੜਦਾ ਪਿਆ? ਉਹ ਕਹਿੰਦਾ ਤੂੰ ਮੈਨੂੰ ਪਿਆਰਾ ਬੜਾ ਲੱਗਦਾ, ਮੈਂ ਇਸ ਕਰਕੇ ਤੈਨੂੰ ਤੋੜਨਾ ਚਾਹੁੰਦਾ। ਅਤੇ ਫੁੱਲ ਅੱਗੋਂ ਆਖਦਾ ਵੀ ਠੀਕ ਹੈ ਤੂੰ ਮੈਨੂੰ ਤੋੜ ਲਿਆ, ਕਿੰਨੇ ਕੁ ਚਿਰ ਬਾਅਦ ਮੈਂ ਮੁਰਝਾ ਜਾਵਾਂਗਾ? ਇੱਕ ਘੰਟੇ ਬਾਅਦ ਮੁਰਝਾਉਣਾ ਸ਼ੁਰੂ ਹੋ ਗਿਆ, ਜੋ ਸਵੇਰੇ ਹਾਲਤ ਹੈ ਸ਼ਾਮਾਂ ਤੱਕ ਤਾਂ ਉੱਦਾਂ ਦੀ ਰਹਿਣੀ ਹੀ ਨਹੀਂ, ਇੱਕ ਦੋ ਦਿਨ ਬਾਅਦ ਮੈਂ ਬਿਲਕੁਲ ਸੁੱਕ ਜਾਵਾਂਗਾ। ਸਵੇਖਦੇ ਗੁਰਦੁਆਰੇ ਹਾਲਤ ਇਹੋ ਹੀ ਹੁੰਦੀ, ਇੱਕ ਦੋ ਦਿਨ ਬਾਅਦ ਮੈਂ ਚੰਗੀ ਤਰ੍ਹਾਂ ਜਦੋਂ ਸੁੱਕ ਜਾਵਾਂਗਾ, ਜਿੰਨੀ ਹੁਣ ਮੇਰੇ ਵਿੱਚੋਂ ਖੁਸ਼ਬੋ ਤੈਨੂੰ ਆ ਰਹੀ ਹੈ ਇਹ ਸਾਰੀ ਸੁੱਕ ਜਾਣੀ ਹੈ, ਇਹ ਬਾਹਰ ਸੁੱਟ ਦਿੱਤੀ ਜਾਣੀ ਹੈ, ਇਹਦਾ ਨਵਾਂ ਕੋਈ ਹੋਰ ਫੁੱਲ ਆ ਜਾਵੇਗਾ। ਹੁਣ ਤੂੰ ਤੋੜ ਕੇ ਲੈ ਗਿਆ, ਮੈਂ ਤੇਰੇ ਕੰਮ ਵੀ ਨਹੀਂ ਆਉਣਾ, ਅਤੇ ਜੇ ਮੈਂ ਇੱਥੇ ਕਿਤੇ ਲੱਗਾ ਰਹਿ ਜਾਵਾਂ ਤਾਂ ਸ਼ਾਇਦ ਕਿਤੇ ਦੋ ਚਾਰ ਹੋਰ ਰਾਹੀ ਆਉਣਗੇ ਅਤੇ ਇਹ ਖੁਸ਼ਬੋ ਉਹਨਾਂ ਨੂੰ ਵੀ ਆ ਜਾਵੇਗੀ। ਮੇਰਾ ਕੰਮ ਤਾਂ ਇਹੀ ਹੈ ਨਾ ਖੁਸ਼ਬੋ ਦੇਣੀ, ਪਰ ਜੇ ਤੂੰ ਤੋੜ ਕੇ ਲੈ ਗਿਆ ਨਾ ਤੇਰੇ ਕੰਮ ਦਾ ਅਤੇ ਨਾ ਬਾਕੀ ਆਉਣ ਵਾਲਿਆਂ ਦੇ ਕਿਸੇ ਕੰਮ ਦਾ। ਉਹ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਲੈ ਕੇ ਜਾਣਾ, ਔਰ ਇਹ ਸਿਖਾਇਆ ਕਿੱਥੇ ਆ ਰਿਹਾ ਹੈ ਵੀ ਪਿਆਰ ਦਾ ਮਤਲਬ ਕੁਰਬਾਨੀ ਹੈ, ਪਿਆਰ ਦਾ ਮਤਲਬ ਤਿਆਗ ਹੈ, ਪਿਆਰ ਦਾ ਮਤਲਬ ਛੱਡ ਦੇਣਾ ਹੈ। ਔਰ ਜਿੰਨਾ ਬੰਦਾ ਇਸ ਗੱਲ ਨੂੰ ਆਖਦਾ ਹੈ ਨਾ ਵੀ ਪਿਆਰ ਦਾ ਮਤਲਬ ਖੋਹ ਲੈਣਾ ਹੈ, ਉਹਨੂੰ ਮੋਹ ਦਾ ਚਿੱਕੜੀ ਆਖਿਆ ਵੀ ਪੈਰ ਫਸ ਗਏ ਨੇ, ਬੰਦੇ ਦੇ ਕੋਲੋਂ ਛੁੱਟਦਾ ਨਹੀਂ ਪਿਆ। ਹਜ਼ੂਰ ਬਖਸ਼ ਲਵੇ, ਸਿਰਫ ਇਸ ਪਾਸੇ ਤੋਂ ਅਸੀਂ ਮਿਜ਼ਾਜ਼ੀ ਨੂੰ, ਦੋ ਲਫ਼ਜ਼ ਹੁੰਦੇ ਨੇ, ਇੱਕ ਹੈ ਇਸ਼ਕ ਹਕੀਕੀ ਅਤੇ ਇੱਕ ਹੈ ਇਸ਼ਕ ਮਿਜ਼ਾਜ਼ੀ। ਗੁਰਬਾਣੀ ਦੇ ਵਿੱਚ ਇਹ ਸ਼ਬਦ ਆਏ ਨੇ, ਇਸ ਕਰਕੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਅੱਜ ਜਿੰਨਾ ਅਸੀਂ ਕਹਿੰਦੇ ਹਾਂ ਵੀ ਇੱਕ ਰਿਸ਼ਤੇ ਦਾ ਦੂਸਰੇ ਦੇ ਪ੍ਰਤੀ ਪਿਆਰ ਹੈ, ਖਿੱਚ ਹੈ, ਸਿਰਫ ਇਸ ਲੈਵਲ ਤੱਕ ਪੋਜ਼ਿਟਿਵ ਸਮਝੀ ਜਾ ਸਕਦੀ ਹੈ ਕਿ ਇਹਦੇ ਵਿੱਚੋਂ ਬੰਦੇ ਦੇ ਅੰਦਰ ਪੂਰੇ ਸੰਸਾਰ ਦਾ ਪਿਆਰ ਪੈਦਾ ਹੋ ਜਾਵੇ, ਇੱਥੋਂ ਤੱਕ ਪੋਜ਼ਿਟਿਵ ਹੈ। ਜੇ ਇੱਥੋਂ ਤੱਕ ਨਹੀਂ ਪੈਦਾ ਹੋ ਰਿਹਾ, ਉਹ ਸਮਝ ਲਓ ਆਪਣੀ ਬਾਉਂਡਰੀ ਦੇ ਵਿੱਚ ਹੀ ਰਹਿ ਗਿਆ ਹੈ, ਅਤੇ ਉਹ ਜਿੰਨਾ ਪਿਆਰ ਹੈ ਉਹ ਹੌਲੀ ਹੌਲੀ ਜਾਂ ਤਾਂ ਮੋਹ ਦੇ ਵਿੱਚ ਆਵੇਗਾ, ਜੇ ਮੋਹ ਤੋਂ ਅੱਗੇ ਨਿਕਲ ਗਿਆ ਤਾਂ ਕ੍ਰੋਧ ਦੇ ਵਿੱਚ ਚਲਾ ਜਾਵੇਗਾ, ਜੇ ਕ੍ਰੋਧ ਤੋਂ ਬਚ ਗਿਆ ਤਾਂ ਫਿਰ ਉਹ ਕਮਲਾਉਣ ਵਾਲੇ ਪਾਸੇ ਚਲਾ ਜਾਵੇਗਾ। ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਸ ਜੀਵਨ ਦੇ ਵਿੱਚ ਜਿਹੜਾ ਸਾਡਾ ਅੰਦਰ ਦਾ ਹਿਸਾਬ ਹੈ ਇਹਦੇ ਵਿੱਚ ਕੀ ਬਖਸ਼ਿਸ਼ ਕੀਤਾ ਹੈ, ਇਹ ਹਰ ਇੱਕ ਨੇ ਆਪਣਾ ਆਪਣਾ ਵੇਖਣਾ ਹੁੰਦਾ। ਮੈਂ ਅਕਸਰ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਆਪ ਜੀ ਦੇ ਅੱਗੇ ਰੱਖਦਾ ਹਾਂ। ਕਬੀਰ ਸਾਹਿਬ ਕਹਿੰਦੇ ਨੇ ਇੱਕ ਸੰਪਤੀ ਉਹ ਹੈ ਜਿਹੜੀ ਬੰਦਾ ਬਾਹਰੀ ਤੌਰ ਦੇ ਉੱਤੇ ਇਕੱਠੀ ਕਰਦਾ ਹੈ, ਬੰਦੇ ਦੇ ਕੋਲ ਘਰ ਹੈ, ਕਾਰ ਹੈ, ਜਾਇਦਾਦ ਹੈ, ਇਹ ਸੰਪਤੀ ਹੈ, ਬੰਦੇ ਦੇ ਕੰਮ ਆਉਂਦੀ ਹੈ। ਇੱਕ ਸੰਪਤੀ ਉਹ ਹੈ ਜਿਹੜਾ ਬੰਦਾ ਆਪਣੇ ਅੰਦਰ ਮਾਨਸਿਕ ਤੌਰ 'ਤੇ ਇਕੱਠੀ ਕਰਦਾ ਹੈ, ਜੀ ਇਸ ਬੰਦੇ ਦੇ ਅੰਦਰ ਗੁੱਸਾ ਬੜਾ ਹੈ, ਇਸ ਬੰਦੇ ਦੇ ਅੰਦਰ ਸਾੜਾ ਬੜਾ ਹੈ, ਇਸ ਬੰਦੇ ਦੇ ਅੰਦਰ ਈਰਖਾ ਬੜੀ ਹੈ। ਕਿਉਂ ਹੈ? ਕਿਉਂਕਿ ਉਹਨੇ ਸੰਪਤੀ ਹੀ ਉਹ ਇਕੱਠੀ ਕੀਤੀ ਹੋਈ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ ਇਸ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ। ਸੇਵਾ ਮੇਰੇ ਲਾਗੋਂ ਦੀ ਸੁਪਨੇ 'ਚ ਵੀ ਨਹੀਂ ਲੰਘੀ, ਅਤੇ ਸੜਨਾ ਸਾੜ ਤਾਂ ਭਾਵੇਂ ਮੈਨੂੰ ਸਾਰਾ ਦਿਨ ਲਵੋ ਕੋਈ ਫਰਕ ਨਹੀਂ ਪੈਂਦਾ, ਈਰਖਾ ਮੈਂ ਸਾਰਾ ਦਿਨ ਕਰ ਸਕਦਾ ਹਾਂ ਪਰ ਮੈਨੂੰ ਕਹਿੰਦੇ ਦਇਆ ਕਰਦੇ ਉਹ ਨਹੀਂ ਮੇਰੇ ਅੰਦਰ ਪੈਦਾ ਹੁੰਦੀ। ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ, ਇਹ ਸੁਪਨੇ ਦੇ ਵਿੱਚ ਵੀ ਮੇਰੇ ਨੇੜੇ ਨਾ ਆਈ।
ਤਾਂ ਇਹ ਕੀ ਹੈ? ਕਬੀਰ ਸਾਹਿਬ ਕਹਿੰਦੇ ਇਹ ਸੰਪਤੀਆਂ ਇਕੱਠੀਆਂ ਕੀਤੀਆਂ ਨੇ। ਇੱਦਾਂ ਹੀ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਜਿੱਦਣ ਕਿਤੇ ਉਹਦੀ ਬਖਸ਼ਿਸ਼ ਸਾਡੀ ਝੋਲੀ ਦੇ ਵਿੱਚ ਪੈਂਦੀ ਹੈ ਅਤੇ ਪਿਆਰ ਦੇ ਰੂਪ ਦੇ ਵਿੱਚ ਉਹ ਦਾਤ ਸਾਨੂੰ ਬਖਸ਼ਦਾ ਹੈ, ਸਾਡੇ ਜੀਵਨ ਦੇ ਵਿੱਚ ਪਿਆਰ ਦੀ ਦਾਤ ਸਿਖਾਉਂਦਾ ਹੈ। ਜਿਹੜਾ ਦੂਸਰੇ ਦੇ ਉੱਤੇ ਨਿਰਭਰ ਨਹੀਂ ਹੁੰਦਾ, ਜਿਹੜਾ ਸਾਡੇ ਉੱਤੇ ਨਿਰਭਰ ਹੁੰਦਾ ਹੈ, ਜਿਹੜਾ ਸਾਨੂੰ ਇਸ ਪਾਸੇ ਤੋਂ ਭਰ ਕੇ ਰੱਖਦਾ ਹੈ ਵੀ ਵਾਹਿਗੁਰੂ ਨੇ ਮੇਰੇ ਅੰਦਰ ਕਿੰਨਾ ਪਿਆਰ ਪਾਇਆ ਹੋਇਆ ਹੈ, ਜਿਹੜਾ ਇਸ ਗੱਲ ਦੇ ਉੱਤੇ ਨਹੀਂ ਡਿਪੈਂਡ ਕਰਦਾ ਵੀ ਮੈਂ ਉਹਨੂੰ ਪਿਆਰ ਕਰਦਾ ਹਾਂ ਅਤੇ ਤਾਂ ਮੇਰਾ ਪਿਆਰ ਜਾਗਦਾ ਹੈ। ਉਹ ਜਾਗਿਆ ਹੀ ਹੈ ਹਰ ਵੇਲੇ, ਉਹਦੇ ਹੋਣ ਤੋਂ ਬਿਨਾਂ ਵੀ, ਉਹਦੇ ਹੋਣ ਦੇ ਨਾਲ ਵੀ ਉਹ ਜਾਗਿਆ ਹੀ ਹੈ। ਪਰ ਇਹ ਸਿਰਫ ਇੰਨਾ ਕੁ ਹੈ ਵੀ ਇਹਦੇ ਤੋਂ ਵੇਖ ਕੇ ਜਿਹੜਾ ਅਸਲੀ ਪਿਆਰ ਹੈ ਉਹ ਜੀਵਨ ਦੇ ਵਿੱਚ ਜਾਗ ਜਾਵੇ, ਤਾਂ ਤੇ ਇਹਨਾਂ ਗੱਲਾਂ ਦੇ ਮਾਇਨੇ ਹੈ ਨੇ। ਹੋ ਸਕਦਾ ਹੈ ਗੱਲ ਥੋੜ੍ਹੀ ਜਿਹੀ ਔਖੀ ਲੱਗ ਜਾਵੇ ਕਿਉਂਕਿ ਇਹੋ ਜਿਹੇ ਵਿਸ਼ੇ 'ਤੇ ਸਾਡੇ ਵਿੱਚ ਉੱਦਾਂ ਹੀ ਇੰਨੇ ਪਰਹੇਜ਼ ਕਰਵਾ ਦਿੱਤੇ ਜਾਂਦੇ ਨੇ ਵੀ ਤੁਸੀਂ ਮਤਲਬ ਦੂਜੀਆਂ ਤੀਜੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਵੋ, ਪਰ ਇਹੋ ਜਿਹੀ ਗੱਲ ਨੂੰ ਇੰਝ ਲੱਗਦਾ ਵੀ ਨਹੀਂ ਇਹ ਗੱਲ ਨਹੀਂ ਹੋਣੀਆਂ ਚਾਹੀਦੀਆਂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਹੈ ਤਾਂ ਵੇਖੋ ਲੈਵਲ ਹੈ ਜ਼ਿੰਦਗੀ ਦੇ, ਔਰ ਜਦੋਂ ਤੱਕ ਜ਼ਿੰਦਗੀ ਨੂੰ ਇਹ ਲੈਵਲ ਕਦੀ ਸਮਝ ਦੇ ਵਿੱਚ ਨਹੀਂ ਆਇਆ, ਸਮਝ ਲਓ ਜਿਹਨੂੰ ਪਿਆਰ ਨਹੀਂ ਸਮਝ ਆਇਆ ਉਹਨੂੰ ਨਾ ਬੰਦਗੀ ਸਮਝ ਆਉਣੀ ਹੈ ਨਾ ਉਹਨੂੰ ਇਬਾਦਤ ਸਮਝ ਆਉਣੀ, ਉਹਨੂੰ ਕੱਖ ਵੀ ਸਮਝ ਨਹੀਂ ਆਉਣਾ। ਉਹਨੂੰ ਆਪਾਂ ਕਹੋ ਰੱਬ ਦੇ ਪਿਆਰ ਦੇ ਵਿੱਚ ਜੁੜ ਜਾ, ਕਿੱਥੇ ਜੁੜ ਜਾਵੇਗਾ ਵਿਚਾਰਾ, ਉਹਨੂੰ ਸਮਝ ਹੀ ਨਹੀਂ ਹੈ ਜੀਵਨ ਦੇ ਇਹਨਾਂ ਪਲਾਂ ਦੀ। ਹਜ਼ੂਰ ਬਖਸ਼ ਲਵੇ, ਭਾਈ ਗੁਰਦਾਸ ਸਾਹਿਬ ਆਖਦੇ ਹੁੰਦੇ ਨੇ, ਮੈਂ ਲਫ਼ਜ਼ ਵਰਤਾਂਗਾ ਮਾਫ਼ੀ ਦੇ ਦਿਓ, ਕਿ ਜਿਸ ਵੇਲੇ ਕਿਉਂਕਿ ਉਹਨਾਂ ਨੇ ਵੱਖਰੇ ਵੱਖਰੇ ਜਿਹੜੇ ਇਸ ਇਲਾਕੇ ਦੇ ਵਿੱਚ ਪ੍ਰੀਤਵਾਨ ਪੈਦਾ ਹੋਏ ਨੇ ਉਹਨਾਂ ਦੇ ਪਿਆਰਾਂ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਬਾਣਾ, ਕੁੱਤੇ ਦੀ ਪੈਰੀ ਪਵੇ ਹੜ ਹੜ ਹੱਸੇ ਲੋਕ ਵਿਡਾਣਾ। ਲੈਲਾ ਅਤੇ ਮਜਨੂੰ ਜਿੱਦਾਂ ਦਾ ਟੀਵੀਆਂ ਦੇ ਵਿੱਚ ਦਿਖਾ ਦਿੱਤਾ ਗਿਆ ਹੈ ਇਹਨਾਂ 'ਤੇ ਸਮਝ ਲਓ ਵੀ ਗੱਲ ਹੀ ਰੋਲ ਕੇ ਰੱਖ ਦਿੱਤੀ ਉਹਨਾਂ ਬੰਦਿਆਂ ਦੀ, ਕਿਉਂਕਿ ਜਿੰਨੀ ਕੁ ਸਮਝਣ ਵਾਲਿਆਂ ਦਾ ਲੈਵਲ ਸੀ ਉਹਨਾਂ ਨੇ ਸਮਝਾਇਆ ਵੀ ਉਹਨੂੰ ਇੱਦਾਂ ਦਾ ਹੀ ਹੈ। ਉਹਨੂੰ ਇਬਾਦਤਾਂ ਦੇ ਲੈਵਲ ਤੱਕ ਰੱਖਿਆ ਗਿਆ ਹੈ ਵੀ ਇੱਥੋਂ ਤੱਕ ਇਬਾਦਤ ਹੋ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਮਜਨੂੰ ਲੈਲਾ ਦੇ ਪਿਆਰ ਦੇ ਵਿੱਚ ਇੱਥੋਂ ਤੱਕ ਗਿਆ ਹੋਇਆ ਹੈ ਕਿ ਉਹਨੂੰ ਲੈਲਾ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਨਜ਼ਰ ਆ ਜਾਂਦੀ ਹੈ ਨਾ ਤਾਂ ਉਹਦੇ ਚਿਹਰੇ 'ਤੇ ਪ੍ਰਸੰਨਤਾ ਆ ਜਾਂਦੀ ਹੈ, ਉਹਨੂੰ ਖੁਸ਼ੀ ਹੋ ਜਾਂਦੀ ਹੈ। ਉਹ ਬਚਨ ਉਹ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਉਹਨੇ ਲੈਲਾ ਦੀ ਗਲੀ ਦਾ ਜਿਹੜਾ ਕੁੱਤਾ ਸੀ ਨਾ ਦਰਗਾਹ ਦਾ, ਸਿਰਫ ਉਹੀ ਵੇਖਿਆ ਸੀ। ਉਹ ਕਹਿੰਦੇ ਉਹਨੂੰ ਮੱਥਾ ਟੇਕਣ ਲੱਗ ਪਏ, ਉਹਦੇ ਪੈਰੀਂ ਪਈ ਜਾਂਦਾ। ਲੋਕ ਹੱਸਦੇ ਨੇ ਵੀ ਕੀ ਪਾਗਲਪਨ ਹੈ ਇਹਦੇ ਪੱਲੇ, ਇਹ ਵੀ ਕੋਈ ਚੀਜ਼ ਹੈ ਵੀ ਕੀ ਕਰਦਾ ਪਿਆ ਵੀ ਕੁੱਤੇ ਨੂੰ ਮੱਥਾ ਟੇਕੀ ਜਾਂਦਾ। ਪਰ ਉਹਦੀ ਨਿਗਾਹ ਦੇ ਵਿੱਚ ਪੁੱਛ ਕੇ ਵੇਖੋ ਤੇ ਕੀ ਹੈ, ਉਹਦੀ ਨਿਗਾਹ ਦੇ ਵਿੱਚ ਉਹ ਕੁੱਤਾ ਨਹੀਂ ਹੈ, ਉਹਦੀ ਨਿਗਾਹ ਦੇ ਵਿੱਚ ਉਹਦੇ ਘਰ ਦੇ ਵੱਲੋਂ ਤੁਰ ਕੇ ਆਇਆ ਹੋਇਆ ਹੈ, ਔਰ ਜਿਹੜੀ ਵੀ ਚੀਜ਼ ਹੈ ਉਹਨੂੰ ਉਹੀ ਮੁਬਾਰਕ ਲੱਗਦੀ ਪਈ ਹੈ। ਹੁਣ ਥੋੜ੍ਹਾ ਜਿਹਾ ਇਹਨੂੰ ਅਗਲੇ ਲੈਵਲ ਦੇ ਉੱਤੇ ਵੇਖੀਏ। ਜਿਸ ਵੇਲੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਗਾਣੀ ਦਾ ਜੋ ਸਮਾਪਤ ਕਰਦੇ ਨੇ ਅਤੇ ਆਪ ਜੀ ਨੇ ਸੁਣਿਆ ਹੋਵੇਗਾ ਇਸ ਗੱਲ ਨੂੰ, ਇਸ ਪੰਗਾਣੀ ਦੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਸਪੁੱਤਰ ਵੀ ਸ਼ਹੀਦ ਹੋਏ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ। ਪੀਰ ਬੁੱਧੂ ਸ਼ਾਹ ਮਹਾਰਾਜ ਜੀ ਦੇ ਕੋਲੋਂ ਆਗਿਆ ਲੈਣ ਦੇ ਲਈ ਆਇਆ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਪੀਰ ਦੀ ਤੁਸੀਂ ਸਾਡੀ ਮਦਦ ਕੀਤੀ ਹੈ ਔਰ ਮਦਦ ਵੀ ਇੱਦਾਂ ਦੀ ਕੀਤੀ ਹੈ ਕਿ ਤੁਹਾਡੇ ਪੁੱਤਰ ਸਾਡੇ ਲੇਖੇ ਲੱਗ ਗਏ, ਤੁਹਾਡੇ ਪੁੱਤਰ ਚੜ੍ਹਾਈ ਕਰ ਗਏ ਨੇ ਇਸ ਜੰਗ ਦੇ ਮੈਦਾਨ ਦੇ ਵਿੱਚ, ਤੁਸੀਂ ਕੀ ਮੰਗਦੇ ਹੋ? ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ? ਪੀਰ ਬੁੱਧੂ ਸ਼ਾਹ ਨੇ ਆਖਿਆ, ਸੱਚੇ ਪਾਤਸ਼ਾਹ ਜਿਹੜਾ ਤੁਸੀਂ ਕੰਘਾ ਕਰਦੇ ਪਏ ਜੇ ਨਾ, ਇਹਦੇ ਵਿੱਚ ਜਿਹੜੇ ਕੇਸ ਨੇ ਬਖਸ਼ਿਸ਼ ਕਰੋ ਅਤੇ ਮੈਨੂੰ ਕੰਘਾ ਕੇਸਾਂ ਸਮੇਤ ਦੇ ਦਿਓ। ਉਹ ਅਨੰਦਪੁਰ ਸਾਹਿਬ ਦੇ ਵਿੱਚ ਅਜੇ ਵੀ ਤੁਸੀਂ ਜਾ ਕੇ ਵੇਖੋਗੇ ਅਤੇ ਤੁਹਾਨੂੰ ਦਰਸ਼ਨ ਹੋ ਜਾਣਗੇ ਉਸ ਦੇ। ਮਤਲਬ ਕੀ ਸੀ? ਜੋ ਪਿਆਰਾ ਲੱਗ ਗਿਆ ਉਹਦੀਆਂ ਚੀਜ਼ਾਂ ਵੀ ਪਿਆਰੀਆਂ ਲੱਗ ਗਈਆਂ। ਉਹ ਉੱਥੇ ਹੈ, ਉੱਥੇ ਨਹੀਂ ਹੈ, ਇਹ ਤਾਂ ਗੱਲਾਂ ਹੀ ਬੜੀ ਅੱਗੇ ਦੀਆਂ ਨੇ। ਬਸ ਉਹ ਪਿਆਰਾ ਲੱਗ ਗਿਆ ਅਤੇ ਚੀਜ਼ਾਂ ਵੀ ਪਿਆਰੀਆਂ ਲੱਗ ਗਈਆਂ। ਈਵਨ ਕਿ ਫਿਰ ਆ ਦੁਨਿਆਵੀ ਤੌਰ 'ਤੇ ਛੋਟੀ ਜਿਹੀ ਉਦਾਹਰਣ ਹੈ, ਉਹਦੀਆਂ ਗਲਤ ਗੱਲਾਂ ਵੀ ਚੰਗੀਆਂ ਲੱਗ ਜਾਂਦੀਆਂ ਨੇ। ਮਾਂ ਨੂੰ ਵੇਖ ਲਓ, ਆਪਣੇ ਬੱਚੇ ਦੀ ਗਲਤੀ ਕਦੀ ਗਲਤੀ ਲੱਗਦੀ ਹੀ ਨਹੀਂ। ਕਿਉਂ ਨਹੀਂ ਲੱਗਦੀ ਪਈ? ਇਹ ਨਹੀਂ ਕਿ ਉਹਦੇ ਵਿੱਚ ਸਮਝ ਨਹੀਂ ਹੈ, ਉਹਨੂੰ ਪਤਾ ਵੀ ਗਲਤ ਕਰਦਾ ਪਿਆ ਹੈ, ਪਰ ਦਿਲ ਨਹੀਂ ਮੰਨਦਾ ਨਾ ਵੀ ਗਲਤ ਹੈ। ਦਿਲ ਕਿੱਦਾਂ ਮੰਨ ਲਵੇ ਇਸ ਗੱਲ ਨੂੰ? ਇਹ ਛੋਟੇ ਛੋਟੇ ਲੈਵਲ ਨੇ ਪਿਆਰ ਦੇ, ਵੀ ਜਦੋਂ ਅਸੀਂ ਇਸ ਲੈਵਲ ਦੇ ਉੱਤੇ ਜ਼ਿੰਦਗੀ ਨੂੰ ਇਹਨਾਂ ਪਲਾਂ ਨੂੰ ਸਮਝਣਾ ਹੁੰਦਾ ਹੈ ਅਤੇ ਇਹਨਾਂ ਪਲਾਂ ਨੂੰ ਸਮਝ ਕੇ ਇੱਕ ਵਿਸ਼ਾਲ ਪਿਆਰ ਸਾਡੇ ਸੰਸਾਰ ਦਾ ਸਾਡੇ ਅੰਦਰ ਸਮਾਉਣਾ ਹੁੰਦਾ ਹੈ, ਫਿਰ ਅਸੀਂ ਆਪਣੇ ਆਪ ਨੂੰ ਵੱਡਾ ਕਰ ਪਾਉਂਦੇ ਹਾਂ। ਨਹੀਂ ਤਾਂ ਉਹ ਜਿੰਨਾ ਕੁ ਪਿਆਰ ਹੁੰਦਾ ਹੈ, ਜਾਂ ਤਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ, ਉਹ ਪਿਆਰ ਰਹਿ ਜਾਂਦਾ ਹੈ ਸਾਡਾ ਸਾਡੇ ਤੱਕ ਅਤੇ ਜਾਂ ਸਾਡੇ ਪਰਿਵਾਰ ਤੱਕ, ਅਤੇ ਅਸੀਂ ਕਹਿੰਦੇ ਹਾਂ ਜੀ ਮੈਂ ਬੜਾ ਪਿਆਰ ਕਰਕੇ ਆਇਆ। ਇਹ ਬਿਲਕੁਲ ਇੱਦਾਂ ਦਾ ਪਿਆਰ ਹੈ ਜਿਹੜਾ ਮੋਹ ਦੇ ਚਿੱਕੜ ਤੱਕ ਹੀ ਸਾਨੂੰ ਸੀਮਿਤ ਰੱਖਦਾ ਹੈ। ਛੋਟੀਆਂ ਛੋਟੀਆਂ ਉਦਾਹਰਨਾਂ ਨੇ, ਉਦਾਹਰਨਾਂ ਸਿਰਫ ਇਸ ਕਰਕੇ ਆ ਵੀ ਅਸੀਂ ਇਹਨੂੰ ਮਹਿਸੂਸ ਕਰ ਸਕੀਏ, ਬਾਕੀ ਤਾਂ ਇਹ ਸਾਰਿਆਂ ਦਾ ਪਰਸਨਲ ਹੈ ਵੀ ਮਾਲਕ ਨੇ ਉਹ ਦਾਤਾਂ ਝੋਲੀ ਦੇ ਵਿੱਚ ਕਿੰਨੀਆਂ ਪਾਈਆਂ ਨੇ। ਕਸੂਰ ਉਹਨਾਂ ਦਾ ਨਹੀਂ ਹੈ ਜਿਹੜੇ ਛੋਟੀ ਛੋਟੀ ਗੱਲ ਤੋਂ ਖਿਝਣ ਲੱਗ ਪੈਂਦੇ ਨੇ, ਜਿਨ੍ਹਾਂ ਨੂੰ ਛੋਟੀ ਛੋਟੀ ਗੱਲ 'ਤੇ ਗੁੱਸਾ ਆ ਜਾਂਦਾ ਹੈ। ਪ੍ਰੋਬਲਮ ਵਿਚਾਰਿਆਂ ਦੀ ਇਹ ਹੈ ਕਿ ਵਾਹਿਗੁਰੂ ਨੇ ਉਹਨਾਂ ਦੀ ਝੋਲੀ ਦੇ ਵਿੱਚ ਪਿਆਰ ਪਾਇਆ ਹੀ ਨਹੀਂ ਹੈ, ਉਹਨਾਂ ਨੂੰ ਨਿਵਾਜਿਆ ਹੀ ਨਹੀਂ ਗਿਆ ਇਸ ਦਾਤ ਦੇ ਨਾਲ। ਉਹ ਨਿਵਾਜੇ ਗਏ ਨੇ ਵਿਚਾਰੇ ਸਾੜਿਆਂ ਦੇ ਨਾਲ, ਸੜਦੇ ਰਹੋ। ਨਿਵਾਜੇ ਗਏ ਨੇ ਆਕੜਾਂ ਦੇ ਨਾਲ, ਆਕੜਦੇ ਰਹੋ ਸਾਰਾ ਸਾਰਾ ਦਿਨ। ਨਿਵਾਜੇ ਗਏ ਨੇ ਵਿਚਾਰੇ ਆਪਣੀਆਂ ਬਦਕਲਾਮੀਆਂ ਦੇ ਨਾਲ, ਵੀ ਕੋਈ ਮਤ ਦੇਵੇ ਅਤੇ ਮਤ ਨਹੀਂ ਸੁਣਨੀ, ਸਾਰਾ ਸਾਰਾ ਦਿਨ ਐਵੇਂ ਬੋਲੀ ਜਾਣਾ ਔਰ ਇੰਨਾ ਫਿੱਕਾ ਬੋਲਣਾ ਕਿ ਬੋਲਦੇ ਵਿੱਚੋਂ ਕੱਖ ਨਹੀਂ ਸਮਝ ਆ ਰਿਹਾ। ਉਹ ਨਿਵਾਜੇ ਹੀ ਇਹਨਾਂ ਚੀਜ਼ਾਂ ਦੇ ਨਾਲ ਗਏ ਨੇ, ਉਹਨਾਂ ਦਾ ਕੀ ਕਸੂਰ ਹੈ? ਮਾਲਕ ਨੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੂੰ ਨਿਵਾਜਿਆ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਕਿਤੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਦਾਤ ਆ ਜਾਵੇ ਤਾਂ ਮੇਰੀ ਜਵਾਨੀ ਵੀ ਚਲੀ ਜਾਵੇ ਨਾ ਤਾਂ ਮੈਨੂੰ ਕੋਈ ਪਰਵਾਹ ਨਹੀਂ ਹੈ। ਔਰ ਜ਼ਿੰਦਗੀ ਦੇ ਵਿੱਚ ਇਹੀ ਸਮਾਂ ਹੈ, ਹਾਲਾਂਕਿ ਗੱਲ ਸਿਰਫ ਇੱਥੇ ਜਵਾਨੀ ਦੀ ਹੋ ਰਹੀ ਹੈ, ਇਹ ਨਹੀਂ ਕਿ ਅਸੀਂ ਬਾਕੀ ਸਮਿਆਂ ਨੂੰ ਪਿੱਛੇ ਕਹਿ ਸਕਦੇ ਹਾਂ। ਪਰ ਜਿਸ ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਜਵਾਨੀ ਦੇ ਵਿੱਚ ਪਿਆਰ ਸੰਭਾਲਣਾ ਆ ਗਿਆ, ਉਹਦੀ ਬਜ਼ੁਰਗੀ ਬੜੀ ਸੌਖੀ ਹੈ। ਅਤੇ ਜਿਹਨੂੰ ਇਸ ਵੇਲੇ ਨਹੀਂ ਸੰਭਾਲਿਆ ਗਿਆ, ਅਕਸਰ ਨਹੀਂ ਸੰਭਾਲਿਆ ਜਾਂਦਾ, ਜਿਹਨੂੰ ਅਸੀਂ ਪਿਆਰ ਕਹਿ ਰਹੇ ਹਾਂ ਉਹਦੇ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ, ਮੋਟੇ ਜਿਹੇ ਤੌਰ ਦੇ ਉੱਤੇ ਵੇਖੀਏ ਤਾਂ ਵਾਕਿਆ ਪਿਆਰ ਲੱਗਦਾ ਹੈ, ਪਰ ਜੇ ਅੱਗੇ ਚੱਲ ਕੇ ਵੇਖੀਏ ਇਹ ਕੱਖ ਨਹੀਂ ਹੈ, ਸਿਰਫ ਚਿੱਕੜ ਨਿਕਲਦਾ ਹੈ ਇਹਦੇ ਵਿੱਚੋਂ, ਔਰ ਉਸੇ ਚਿੱਕੜ ਦੇ ਵਿੱਚ ਖੁੱਭਦਾ ਹੈ ਬੰਦਾ, ਉਸੇ ਚਿੱਕੜ ਦੇ ਵਿੱਚ ਹੀ ਵਾਰ ਵਾਰ ਜਾਂਦਾ ਹੈ, ਵਿੱਚੋਂ ਕੱਖ ਨਹੀਂ ਨਿਕਲਦਾ ਪਿਆ। ਵਿਰਲੇ ਦਾ ਕਿਤੇ ਇਬਾਦਤ ਵਾਲੇ ਪਾਸੇ 'ਤੇ ਚਲਾ ਜਾਵੇ ਤਾਂ ਉਹਦੇ ਚਰਨਾਂ 'ਤੇ ਨਮਸਕਾਰ, ਉਹਨੂੰ ਰਿਜੈਕਟ ਨਹੀਂ ਕਰ ਸਕਦੇ, ਵਿਰਲੇ ਦਾ ਜਾਂਦਾ। ਫਰੀਦ ਸਾਹਿਬ ਕਹਿੰਦੇ ਨੇ ਮੈਨੂੰ ਜਵਾਨੀ ਦੀ ਪਰਵਾਹ ਨਹੀਂ ਹੈ, ਮੈਨੂੰ ਮੁੱਖ ਗੱਲ ਇਹ ਆ ਵੀ ਮੇਰੇ ਜੀਵਨ ਦੇ ਵਿੱਚ ਪਿਆਰ ਪੈਦਾ ਹੋਣਾ ਚਾਹੀਦਾ ਸੀ। ਪਰ ਸਾਡੇ ਵਿੱਚ ਪਿਆਰ ਦੇ ਦਰਵਾਜ਼ੇ
ਬੰਦ ਕਰਨ ਦੀਆਂ ਤਾਂ ਇੰਨੀਆਂ ਕੋਸ਼ਿਸ਼ਾਂ ਨੇ ਵੀ ਭਾਈ ਜੇ ਕਿਤੇ ਬੰਦਾ ਖੁੱਲ੍ਹ ਕੇ ਇਸ ਬਾਬਤ ਗੱਲ ਵੀ ਕਰ ਲਵੇ ਸਾਨੂੰ ਉਸੇ ਵੇਲੇ ਪਾਪ ਸਾਨੂੰ ਉਸੇ ਵੇਲੇ ਪੁੰਨ ਚੇਤੇ ਆ ਜਾਂਦਾ। ਉਹਦਾ ਕਾਰਨ ਕੀ ਹੈ? ਸਾਨੂੰ ਧਾਰਮਿਕਤਾ ਵੀ ਪਿਆਰ ਵਾਲੀ ਨਹੀਂ ਚਾਹੀਦੀ, ਐਵੇਂ ਕਹਿ ਦਈਏ। ਸਾਨੂੰ ਧਾਰਮਿਕ ਬੰਦੇ ਵੀ ਉਹ ਚਾਹੀਦੇ ਨੇ ਵੀ ਸਾਰਾ ਸਾਰਾ ਦਿਨ ਮੂੰਹ ਤੋਂ ਦੁਹਰਾਉਂਦੇ ਰਹਿਣ ਪਾਠਾਂ ਨੂੰ। ਤੁਸੀਂ ਕਹਿੰਦੇ ਹਾਂ ਜੀ ਬੜਾ ਧਾਰਮਿਕ ਬੰਦਾ ਹੈ, ਔਰ ਸਾਰਾ ਸਾਰਾ ਦਿਨ ਪਾਠ ਕਰਦਾ ਰਹੇ, ਬਾਅਦ ਦੇ ਵਿੱਚ ਇੰਨਾ ਸੜ ਕੇ ਬੋਲੇ ਵੀ ਸੁਣਨ ਵਾਲਿਆਂ ਦੇ ਕੰਨ ਵੀ ਜਿਹੜੇ ਨੇ ਉਹ ਸੁਣ ਕੇ ਪੀੜ ਕਰਨ ਲੱਗ ਪੈਣ, ਦਿਲ ਵੀ ਪੀੜ ਕਰਨ ਲੱਗ ਪਵੇ। ਅਸੀਂ ਕਹਾਂਗੇ ਜੀ ਕਿੰਨਾ ਧਾਰਮਿਕ ਬੰਦਾ, ਬੋਲ ਤੇ ਪਿਆਰ ਦਾ ਹੈ ਨਾ ਵੀ ਮਾਲਕ ਨੇ ਉਹ ਦਾਤ ਉਹਦੇ ਅੰਦਰ ਕਿੰਨੀ ਪਾਈ ਹੈ। ਜੇ ਮੈਂ ਆਪਣੇ ਜੀਵਨ ਦੇ ਵਿੱਚ ਜਵਾਨੀ ਦੇ ਵਿੱਚ ਖਾਸ ਕਰਕੇ ਇਸ ਮੌਕੇ ਨੂੰ ਸੰਭਾਲ ਲਿਆ ਤੇ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਹੈ, ਮੇਰੀ ਜਵਾਨੀ ਚਲੀ ਵੀ ਜਾਵੇ ਪਰ ਰੱਬ ਨੇ ਸ਼ੁਕਰ ਕੀਤਾ ਮੇਰੀ ਜ਼ਿੰਦਗੀ 'ਚ ਪਿਆਰ ਤੇ ਪਾਇਆ ਹੈ, ਮੇਰੀ ਜ਼ਿੰਦਗੀ 'ਚ ਆਹ ਦਾਤ ਤੇ ਪਾਈ ਹੋਈ ਹੈ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ। ਜੇ ਮੇਰੇ ਅੰਦਰੋਂ ਪਿਆਰ ਨਹੀਂ ਨਾ ਜਾਂਦਾ ਵਾਹਿਗੁਰੂ ਦਾ ਤਾਂ ਕੋਈ ਗੱਲ ਨਹੀਂ, ਜਵਾਨੀ ਚਲੀ ਵੀ ਜਾਵੇ ਮੈਨੂੰ ਫਰਕ ਨਹੀਂ ਪੈਂਦਾ। ਪਰ ਕਹਿੰਦੇ ਮੈਂ ਦੂਸਰਾ ਪਾਸਾ ਜ਼ਿੰਦਗੀ ਦਾ ਇਹ ਵੀ ਵੇਖਦਾ ਹਾਂ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਘੁੰਮਲਾਏ। ਹੁਣ ਇਹਨੂੰ ਨੇੜੇ ਦੀਆਂ ਜਵਾਨੀਆਂ ਦੇ ਵਿੱਚ ਰੱਖ ਕੇ ਤਾਂ ਕੰਪੈਰੀਜ਼ਨ ਕਰਕੇ ਵੇਖੀਏ ਵੀ ਜਵਾਨੀਆਂ ਦੇ ਹਾਲ ਕੀ ਨੇ। ਦੋ ਹੀ ਪ੍ਰੋਬਲਮ ਨੇ, ਜਾਂ ਤਾਂ ਡਰ ਲੱਗਾ ਪਿਆ ਹੈ ਜਾਂ ਚਿੰਤਾ ਆ ਰਹੀ ਹੈ। ਕਿੰਨੇ ਕੁ ਚਿਹਰੇ ਨੇ ਇਹਨਾਂ ਜਵਾਨੀਆਂ ਦੇ ਵਿੱਚ। ਜਦੋਂ ਜੀਵਨ ਨੂੰ ਅਸੀਂ ਸਮਝਣਾ ਹੁੰਦਾ ਹੈ ਉਦੋਂ ਅਸੀਂ ਸਮਝਿਆ ਹੀ ਨਹੀਂ ਹੁੰਦਾ, ਔਰ ਜਿਸ ਲੈਵਲ ਦੇ ਉੱਤੇ ਜਾ ਕੇ ਜ਼ਿੰਦਗੀ ਸਮਝ ਆਉਣੀ ਸ਼ੁਰੂ ਹੁੰਦੀ ਹੈ ਉਦੋਂ ਸਾਲ ਨਹੀਂ ਬਚੇ ਹੁੰਦੇ ਜ਼ਿੰਦਗੀ ਦੇ ਵਿੱਚ। ਔਰ ਤੁਸੀਂ ਦੇਖ ਲੈਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਾਸੀਆਂ ਸ਼ੁਰੂ ਕੀਤੀਆਂ ਲਗਭਗ 34-35 ਸਾਲ ਦੀ ਉਮਰ ਸੀ। ਕਿੰਨੀ ਭਰ ਜਵਾਨੀ ਦੀ ਉਮਰ ਹੈ ਸੱਚੇ ਪਾਤਸ਼ਾਹ ਜੀ ਦੀ ਉਸ ਵੇਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜਨਾ ਦਿਵਸ ਜਿਹੜਾ ਅਸੀਂ ਮਨਾਉਂਦੇ ਹਾਂ, ਜਦੋਂ ਖਾਲਸਾ ਸਾਜਿਆ 33 ਸਾਲ ਦੀ ਉਮਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ। ਹੋਰ ਨੇੜੇ ਕਰ ਦਈਏ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਭਰ ਜਵਾਨੀ ਦੇ ਵਿੱਚ ਲਗਭਗ 27-28 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਸਨ। ਜੇ ਵੱਡੀਆਂ ਉਮਰਾਂ ਦੇ ਵਿੱਚ ਵੇਖੀਏ ਤਾਂ ਕੇਵਲ ਗੁਰੂ ਅਮਰਦਾਸ ਸਾਹਿਬ ਮਹਾਰਾਜ ਇੱਦਾਂ ਦੇ ਨੇ ਜਿਹੜੇ ਬਜ਼ੁਰਗੀ ਦੀ ਉਮਰ ਦੇ ਵਿੱਚ ਸਤਿਗੁਰੂ ਦੇ ਕੋਲ ਆਉਂਦੇ ਨੇ, ਬਾਕੀਆਂ ਤਾਂ ਸਾਰਿਆਂ ਨੇ ਜਵਾਨੀ ਨੂੰ ਸੰਭਾਲਿਆ ਹੈ, ਔਰ ਗੁਰੂ ਅਰਜਨ ਸਾਹਿਬ ਤੋਂ ਬਾਅਦ ਦੇ ਵਿੱਚ ਤਾਂ ਫਿਰ ਬਚਪਨ ਹੀ ਸੰਭਾਲੇ ਜਾਣ ਲੱਗ ਪਏ ਨੇ। ਉਹ ਕਿਸ ਲੈਵਲ ਦੇ ਉੱਤੇ ਜਵਾਨੀ ਨੂੰ ਵੇਖਿਆ ਮਹਾਰਾਜ ਨੇ ਵੀ ਜਵਾਨੀ ਰੁੱਲ ਨਹੀਂ ਜਾਣੀ ਚਾਹੀਦੀ, ਜਵਾਨੀ ਸੰਭਾਲੀ ਜਾਣੀ ਚਾਹੀਦੀ ਹੈ। ਮਹਾਤਮਾ ਬੁੱਧ ਭਰ ਜਵਾਨੀ ਦੀ ਉਮਰ ਦੇ ਵਿੱਚ ਸੀ ਜਿਸ ਵੇਲੇ ਉਹਨੂੰ ਗਿਆਨ ਹਾਸਲ ਹੋਇਆ, ਅਤੇ ਜਦੋਂ ਮਹਾਤਮਾ ਬੁੱਧ ਨੂੰ ਸੁਣਨ ਦਾ ਵੇਲਾ, ਗੁਰੂ ਨਾਨਕ ਸਾਹਿਬ ਨੂੰ ਸੁਣਨ ਦਾ ਵੇਲਾ, ਗੁਰੂ ਗੋਬਿੰਦ ਸਿੰਘ ਨੂੰ ਸੁਣਨ ਦਾ ਵੇਲਾ ਆਉਂਦਾ, ਉਹ ਅਸੀਂ ਸੋਚਦੇ ਹਾਂ ਬੁੱਢੇ ਹੋ ਕੇ ਸੁਣਾਂਗੇ। ਜਿਨ੍ਹਾਂ ਨੇ ਜਵਾਨੀ ਦੇ ਵਿੱਚ ਆਪਣੇ ਆਪ ਨੂੰ ਐਨਲਾਈਟ ਕੀਤਾ ਹੈ ਉਹਨਾਂ ਨੂੰ ਸੁਣਨ ਦੇ ਲਈ ਸਾਡੇ ਕੋਲ ਉਮਰਾਂ ਕਿਹੜੀਆਂ ਨੇ? ਜਦੋਂ ਸਾਡੇ ਕੋਲ ਉਹ ਸਾਲ ਨਹੀਂ ਬਚਦੇ ਪਿੱਛੇ, ਅਸੀਂ ਕਹਿੰਦੇ ਅਸੀਂ ਧਾਰਮਿਕ ਹੋਣ ਦੀ ਕੋਸ਼ਿਸ਼ ਦੇ ਵਿੱਚ ਜੀ ਰਹੇ ਹਾਂ, ਕੱਖ ਨਹੀਂ ਹੋਇਆ ਜਾਂਦਾ ਇਹਨਾਂ ਚੀਜ਼ਾਂ ਦੇ ਨਾਲ। ਤਾਂ ਫਰੀਦ ਸਾਹਿਬ ਕਹਿੰਦੇ ਨੇ ਮੈਂ ਜਵਾਨੀ ਦੀ ਹਾਲਤ ਵੇਖਦਾ ਹਾਂ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਘੁੰਮਲਾਏ। ਜਵਾਨੀ ਦੇ ਵਿੱਚ ਦੋ ਚੀਜ਼ਾਂ ਇਸ ਵੇਲੇ ਵੀ, ਕਿਉਂਕਿ ਜਿਹੜੀ ਬੇਸਿਕ ਪ੍ਰੋਬਲਮ ਹੁੰਦੀ ਹੈ ਨਾ ਉਹ ਉਹੀ ਰਹਿੰਦੀ ਹੈ, ਨਾਮ ਬਦਲ ਜਾਂਦੇ ਨੇ ਪ੍ਰੋਬਲਮ ਦੇ ਵੀ ਉਹਨੂੰ ਕੁਝ ਹੋਰ ਕਹਿਣ ਲੱਗ ਪਿਆ ਹੈ, ਦੂਜਾ ਕੋਈ ਹੋਰ ਕਹਿਣ ਲੱਗ ਪਿਆ ਹੈ। ਫਰੀਦ ਸਾਹਿਬ ਜੀ ਨੇ ਵੀ ਵੇਖਿਆ ਵੀ ਜਵਾਨੀ ਦੇ ਵਿੱਚ ਦੋ ਚੀਜ਼ਾਂ ਸਭ ਤੋਂ ਪ੍ਰਬਲ ਨੇ, ਜਾਂ ਤਾਂ ਬਿਲਕੁਲ ਸੁੱਕੀ ਹੋਈ ਹੈ ਜਵਾਨੀ, ਸੁੱਕੀ ਹੋਣ ਦਾ ਇੱਕ ਮਤਲਬ ਹੈ ਵੀ ਰਸ ਨਹੀਂ ਹੈ ਇਹਦੇ ਵਿੱਚ, ਅਤੇ ਸੁੱਕੀ ਹੋਣ ਦਾ ਦੂਜਾ ਮਤਲਬ ਇਹ ਹੈ ਜਿੱਦਾਂ ਲੱਕੜ ਸੁੱਕੀ ਹੁੰਦੀ ਹੈ। ਬੱਚੇ ਨੂੰ ਕਹਿ ਦਿਓ ਬੱਚਾ ਗੱਲ ਬਰਦਾਸ਼ਤ ਕਰ ਲੈਂਦਾ,
ਜਾਂ ਤਾਂ ਸਰੀਰ 'ਚ ਤਾਕਤ ਨਹੀਂ ਹੁੰਦੀ ਸ਼ਾਇਦ ਤਾਂ ਬਰਦਾਸ਼ਤ ਕਰ ਲੈਂਦਾ ਹੈ, ਜਾਂ ਮਾਤਾ ਪਿਤਾ ਦਾ ਥੋੜ੍ਹਾ ਜਿਹਾ ਡਰ ਹੁੰਦਾ ਹੈ ਤਾਂ ਬਰਦਾਸ਼ਤ ਕਰ ਲੈਂਦਾ ਹੈ। ਜਿਉਂ ਜਿਉਂ ਉਮਰ 16-17 ਸਾਲਾਂ ਦੇ ਵਿੱਚ ਆਉਣ ਲੱਗ ਪੈਂਦੀ ਹੈ, ਪ੍ਰੈਕਟਿਸ ਹੀ ਨਹੀਂ ਕਰਾਈ ਹੁੰਦੀ ਇੱਦਾਂ ਦੀ, ਬੰਦੇ ਨੂੰ ਸਭ ਤੋਂ ਬੁਰੀਆਂ ਹੀ ਗੱਲਾਂ ਘਰਦਿਆਂ ਦੀਆਂ ਲੱਗਦੀਆਂ ਨੇ, ਬਾਹਰ ਦਿਆਂ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਉਹ ਸਾਰਾ ਪੇਸ਼ੈਂਸ ਖਤਮ ਹੋਣਾ ਸ਼ੁਰੂ ਹੋ ਜਾਂਦਾ, ਫਿਰ ਹਰ ਨਿੱਕੀ ਗੱਲ ਦੇ ਉੱਤੋਂ ਉਹਦਾ ਜਿਹੜਾ ਰਿਐਕਸ਼ਨ ਹੁੰਦਾ ਉਹ ਐਡਾ ਭੈੜਾ ਹੁੰਦਾ, ਮਾਤਾ ਪਿਤਾ ਨੂੰ ਲੱਗਦਾ ਵੀ ਸ਼ਾਇਦ ਸਾਡੇ ਕੋਲੋਂ ਗਲਤੀ ਹੋ ਗਈ ਹੈ ਕੋਈ। ਹਾਲਾਂਕਿ ਇਹਦੇ ਵਿੱਚ ਪਿਛਲੇ ਜੀਵਨ ਦੇ ਵਿੱਚ ਮਾਤਾ ਪਿਤਾ ਦਾ ਗੁਨਾਹ ਹੋ ਸਕਦਾ, ਵੀ ਚੰਗੀ ਤਰ੍ਹਾਂ ਸਮਝਾਇਆ ਨਹੀਂ ਗੱਲਾਂ ਨੂੰ, ਇਹ ਕਹਿ ਸਕਦੇ ਹਾਂ ਸਾਰੇ ਹੀ ਅਸੀਂ ਇਹਦੇ ਵਿੱਚ ਆ ਜਾਵਾਂਗੇ। ਪਰ ਜੇ ਹਰ ਗੱਲ ਦੇ ਉੱਤੋਂ ਉਲਟਾ ਰਿਐਕਟ ਆ ਰਿਹਾ ਹੈ, ਗੁੱਸੇ ਦੇ ਵਿੱਚ ਆ ਰਿਹਾ ਹੈ, ਤਾਂ ਉਹ ਮਾਤਾ ਪਿਤਾ ਦੇ ਨਾਲੋਂ ਹੁਣ ਜ਼ਿਆਦਾ ਗਲਤੀ ਉਹਦੇ ਜੀਵਨ ਦੇ ਵਿੱਚ ਹੈ, ਵੀ ਜਿਹਨੂੰ ਹੋਰਨਾਂ ਕਿਤਾਬਾਂ ਦੇ ਬਾਰੇ ਤਾਂ ਇੰਨਾ ਕੁਝ ਪਤਾ ਲੱਗਦਾ ਪਿਆ ਹੈ, ਉਹਨੂੰ ਆਪਣੇ ਜੀਵਨ ਦੇ ਬਾਰੇ ਕਿਉਂ ਨਹੀਂ ਪਤਾ ਲੱਗਦਾ ਵੀ ਮੈਨੂੰ ਹਰ ਗੱਲ 'ਤੇ ਗੁੱਸਾ ਕਿਉਂ ਆਈ ਜਾਂਦਾ, ਉਹ ਕਿਉਂ ਨਹੀਂ ਰੀਡ ਕਰਦਾ ਪਿਆ ਆਪਣੇ ਜੀਵਨ ਨੂੰ, ਹੋਰ ਸਾਰੀਆਂ ਗੱਲਾਂ ਦੇ ਬਾਰੇ ਉਹਨੂੰ ਪਤਾ ਹੈ। ਉਹ ਜਾਂ ਤਾਂ ਫਿਰ ਜੀਵਨ ਇੰਨਾ ਸੁੱਕਾ ਹੈ ਕਿ ਜਿੱਦਾਂ ਸੁੱਕੇ ਪੱਤਿਆਂ ਨੂੰ ਝੱਟ ਅੱਗ ਲੱਗ ਜਾਂਦੀ ਹੈ ਨਾ, ਬਸ ਕਿਸੇ ਨੇ ਗੱਲ ਬੋਲੀ ਉਸੇ ਵੇਲੇ ਸੜ ਕੇ ਕੋਲਾ ਹੋ ਗਿਆ, ਬਸ ਕਿਸੇ ਨੇ ਗੱਲ ਬੋਲੀ ਉਸੇ ਵੇਲੇ ਸੜਕੇ ਅਤੇ ਬਸ ਫਿਰ ਅੱਗੋਂ ਅੰਦਰ ਤੋਂ ਅੱਗ ਬਾਹਰ ਕੱਢਣੀ ਸ਼ੁਰੂ ਕਰ ਦਿੱਤੀ। ਜਾਂ ਤਾਂ ਜਵਾਨੀ ਦਾ ਇਹ ਹਾਲ ਹੈ, ਤੁਸੀਂ ਵੇਖ ਲਓ ਕਿਹੜੀ ਉਮਰ ਦੇ ਵਿੱਚ ਬੰਦਾ ਸਭ ਤੋਂ ਘੱਟ ਸੁਣਦਾ ਹੈ। ਇਹ ਨਹੀਂ ਹੈ ਕਿ ਅਸੀਂ ਕਹਿ ਦਈਏ ਵੀ ਡਰ ਕੇ ਸੁਣਨ ਲੱਗ ਪਵੇ, ਪਰ ਘੱਟੋ ਘੱਟ ਬੰਦੇ ਦੇ ਅੰਦਰ ਗੱਲ ਸੁਣਨ ਦਾ ਇੱਕ ਪੇਸ਼ੈਂਸ ਵੀ ਤਾਂ ਸਿੱਖਣਾ ਚਾਹੀਦਾ ਸੀ ਨਾ ਜੀਵਨ ਦੇ ਵਿੱਚ, ਇਹ ਨਹੀਂ ਆ ਰਿਹਾ ਜੀਵਨ ਦੇ ਵਿੱਚ। ਅਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮੈਂ ਤਾਂ ਜਵਾਨੀ ਦੀ ਹਾਲਤ ਵੇਖਦਾ, ਕਿੱਤੀ ਜੋਬਨ ਪ੍ਰੀਤ ਬਿਨ, ਪਿਆਰ ਹੁੰਦਾ ਤਾਂ ਵਿਚਾਰੇ ਗੱਲ ਵੀ ਸੁਣ ਲੈਂਦੇ, ਪਿਆਰ ਤਾਂ ਹੈ ਹੀ ਨਹੀਂ, ਪਿਆਰ ਦੀ ਥਾਂ ਲੈ ਲਈ ਆ ਸਾੜੇ ਨੇ, ਅਤੇ ਸਾੜਾ ਕੀ ਕਰੇਗਾ, ਸਾੜਾ ਪਹਿਲਾਂ ਅੰਦਰ ਸਾੜੇਗਾ ਫਿਰ ਦੂਜਿਆਂ ਨੂੰ ਸਾੜੇਗਾ, ਇਹੋ ਕੁਝ ਹੀ ਚੱਲਦਾ ਪਿਆ। ਉਹ ਬੈਠੇ ਵਿਚਾਰੇ ਇਕੱਠੇ ਰੋਟੀ ਖਾਣ ਦੇ ਲਈ, ਉਹ ਜਿੱਦਾਂ ਇੱਕ ਨੇ ਪਾਈ ਹੈ ਨਾ, ਉਹ ਕਹਿੰਦਾ ਵੀ ਟੱਬਰ ਦੇ ਨਾਲ ਬਹਿ ਕੇ ਰੋਟੀ ਖਾਣੀ ਚਾਹੀਦੀ ਹੈ ਅਤੇ ਗੱਲਾਂ ਕਰਨੀਆਂ ਚਾਹੀਦੀਆਂ, ਕਹਿੰਦਾ ਕੀ ਕਰੀਏ 15 ਮਿੰਟਾਂ ਬਾਅਦ ਟੱਬਰ ਲੜ ਪੈਂਦਾ, ਕੀ ਕਰੀਏ, ਕਸੂਰ ਕਿਹਦਾ ਹੈ ਇਹਦੇ ਵਿੱਚ। ਵੇਖਣ ਨੂੰ ਮਜ਼ਾਕ ਲੱਗ ਸਕਦਾ ਇਹ ਗੱਲ ਨੂੰ, ਪਰ ਸੱਚੀ ਹੈ। ਅਸੀਂ ਇੱਥੇ ਕਹਿੰਦੇ ਰਹੀਏ ਜੀ ਸਾਰੇ ਟੱਬਰ ਨੂੰ ਇਕੱਠਾ ਬਹਿਣਾ ਚਾਹੀਦਾ, ਔਰ ਸ਼ੁਕਰ ਕਰਦੇ ਵੀ ਨਾ ਹੀ ਇਕੱਠੇ ਬਹੁ, ਇਹਨਾਂ ਦਾ ਕੀ ਪਤਾ ਵੀ ਬੈਠਿਆਂ ਨੇ ਰੋਟੀ ਖਾਣੀ ਹੈ ਕਿ ਨਹੀਂ, ਫਿਰ ਕਿਸੇ ਦੀ ਵਿੱਚ ਰਹਿ ਜਾਣੀ ਹੈ, ਕਿਸੇ ਨੂੰ ਮਿਲਣੀ ਨਹੀਂ, ਇਹੋ ਕੁਝ ਹੀ ਹੋ ਰਿਹਾ। ਅਸੀਂ ਜੀ ਬੜਾ ਪਿਆਰ ਹੈ ਸਾਡੇ ਪਰਿਵਾਰਾਂ ਦੇ ਵਿੱਚ, ਐਵੇਂ ਫੋਰਮੈਲਿਟੀ ਜੀ ਦੀਆਂ ਗੱਲਾਂ। ਫਰੀਦ ਸਾਹਿਬ ਕਹਿੰਦੇ ਬਿਲਕੁਲ ਸੁੱਕਾ ਜੀਵਨ, ਬਸ ਥੋੜ੍ਹਾ ਜਿਹਾ ਤੀਲੀ ਲਾਉਣ ਦੀ ਲੋੜ ਹੈ, ਥੋੜ੍ਹੀ ਜਿਹੀ ਅੱਗ ਵਿਖਾਉਣ ਦੀ ਲੋੜ ਹੈ, ਬਾਕੀ ਤੁਸੀਂ ਪਿੱਛੇ ਹੋ ਜਾਓ ਅਤੇ ਆਪੇ ਸਾਰਾ ਕੁਝ ਕਰ ਦੇਣਗੇ। ਅਤੇ ਜਾਂ ਫਿਰ ਦੂਜੇ ਪਾਸੇ ਉਹਨਾਂ ਲੋਕਾਂ ਦਾ ਜੀਵਨ ਹੈ, ਇੱਕ ਤਾਂ ਜਵਾਨੀ ਸੁੱਕੀ ਹੋਈ ਹੈ ਜਿਹਨੂੰ ਨਿੱਕੀ ਨਿੱਕੀ ਗੱਲ ਦੇ ਉੱਤੇ ਗੁੱਸਾ ਆਈ ਜਾਂਦਾ, ਪਿਆਰ ਪੈਦਾ ਹੁੰਦਾ ਅਤੇ ਮਰਦ ਕਿਤੇ ਹੋਰ ਪਾਸੇ ਦੀ ਖੇਡ ਪਾ ਦਿੰਦਾ। ਦੂਜਾ ਫਿਰ ਕਹਿੰਦੇ ਮੈਂ ਘੁਮਲਾਇਆ ਹੋਇਆ ਜੀਵਨ ਵੇਖਦਾ ਹਾਂ, ਨਾ ਫੁੱਲ ਘੁਮਲਾਇਆ ਹੁੰਦਾ ਨਾ ਡਿੱਗਾ ਹੈ, ਪੌਦਾ ਘੁਮਲਾਇਆ ਹੈ ਵਿਚਾਰਾ ਸਿਰ ਹੀ ਨਹੀਂ ਚੁੱਕਦਾ। ਉਹ ਇੱਦਾਂ ਘੁਮਲਾਏ ਹੋਏ ਜੀਵ ਨੇ ਕੁਝ, ਇੱਕ ਉਹ ਨੇ ਜਿਹਨਾਂ ਨੂੰ ਬਹੁਤ ਗੁੱਸਾ ਆਈ ਜਾਂਦਾ, ਦੂਜੇ ਵਿਚਾਰੇ ਇੱਦਾਂ ਸਿਰ ਸੁੱਟ ਕੇ ਪਏ ਹੋਏ ਨੇ ਜੀਵਨ ਦੇ ਵਿੱਚ ਵੀ ਜਿੱਦਾਂ ਜੀਵਨ ਦੇ ਵਿੱਚੋਂ ਕੋਈ ਕ੍ਰਾਂਤੀ ਸਾਰੀ ਮੁੱਕ ਗਈ, ਜੀਵਨ ਦੇ ਵਿੱਚੋਂ ਸਾਰੀਆਂ ਖੁਸ਼ੀਆਂ ਮੁੱਕ ਗਈਆਂ, ਜੀਵਨ ਦੇ ਵਿੱਚ ਕੱਖ ਰਿਹਾ ਹੀ ਨਹੀਂ ਜੀਵਨ ਦੇ ਵਿੱਚ। ਇਹਨੂੰ ਵਿਚਾਰਵਾਨ ਕਹਿੰਦੇ ਹੁੰਦੇ, ਕਹਿੰਦੇ ਮੈਂ ਤੁਹਾਨੂੰ 18-18 ਸਾਲਾਂ ਦੇ ਬੁੱਢੇ ਵਿਖਾ ਸਕਦਾ, ਇੱਦਾਂ ਸਿਰ ਸੁੱਟ ਕੇ ਬੈਠੇ ਹੋਏ ਨੇ, ਉਹਨਾਂ ਲੱਗਦਾ ਵੀ ਕੱਖ ਨਹੀਂ ਰਹਿ ਗਿਆ ਜ਼ਿੰਦਗੀ ਦੇ ਵਿੱਚ, ਰਹਿਣਾ ਕੀ ਸੀ ਜ਼ਿੰਦਗੀ ਦੇ ਵਿੱਚ, ਪਿਆਰ ਪੈਦਾ ਨਹੀਂ ਹੋਇਆ ਜਿੰਨੇ ਜ਼ਿੰਦਗੀ ਦੇ ਵਿੱਚ ਤਰਾਵਤ ਰੱਖਣੀ ਸੀ, ਜ਼ਿੰਦਗੀ ਦੇ ਵਿੱਚ ਰਸ ਰੱਖਣਾ ਸੀ, ਸਿਰ ਸੁੱਟ ਕੇ ਪਏ ਹੋਏ ਬੰਦੇ ਬਸ। ਜਾਂ ਤਾਂ ਗੁੱਸਾ ਹੈ ਤੁਸੀਂ ਵੇਖ ਲਓ ਜਵਾਨੀਆਂ ਦੇ ਵਿੱਚ, ਅਤੇ ਜਾਂ ਫਿਰ ਮਾਯੂਸੀ ਇੰਨੀ ਹੈ, ਹਾਏ ਜੀਵਨ ਦੇ ਵਿੱਚ ਕੁਝ ਹੈ ਹੀ ਨਹੀਂ, ਹਾਏ ਜੀਵਨ ਦੇ ਵਿੱਚ ਕੁਝ ਰਹਿ ਹੀ ਨਹੀਂ, ਹਾਏ ਹਾਏ ਕਰਦਿਆਂ ਜ਼ਿੰਦਗੀ ਲੰਘ ਗਈ, ਆਪਾਂ ਕਹਿ ਦਿੱਤਾ ਜੀ ਮੈਂ ਬਹੁਤ ਕੁਝ ਕੀਤਾ ਜੀਵਨ ਦੇ ਵਿੱਚ ਆ ਕੇ,
ਕੈਲੰਡਰਾਂ ਦੇ ਵਿੱਚ ਹੋ ਸਕਦਾ ਹੈ, ਅਮਾਊਂਟ ਦੇ ਵਿੱਚ ਹੋ ਸਕਦਾ ਹੈ, ਸਾਡੇ ਬੈਂਕ ਅਕਾਊਂਟ ਦੇ ਵਿੱਚ ਹੋ ਸਕਦਾ ਵੀ ਬਹੁਤ ਕੁਝ ਕੀਤਾ ਹੋਵੇ, ਪਰ ਜਿੰਨਾ ਕੁਝ ਕੀਤਾ ਹੈ ਨਾ, ਇਹ ਸਾਰਾ ਸਾਨੂੰ ਫਰਸਟ੍ਰੇਟ ਕਰੇਗਾ ਇੱਕ ਜੀਵਨ ਦੇ ਵਿੱਚ, ਸਾਨੂੰ ਦੁਖੀ ਕਰੇਗਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜੇ ਮੈਨੂੰ ਜੀਵਨ ਦੇ ਵਿੱਚ ਪਿਆਰ ਦੀ ਦਾਤ ਮਿਲ ਜਾਵੇ, ਮੇਰਾ ਜੀਵਨ ਚਲਾ ਵੀ ਜਾਵੇ ਨਾ ਇਸ ਪਿਆਰ ਨੂੰ ਸਿੱਖਦਿਆਂ, ਜਵਾਨੀ ਲੱਗ ਵੀ ਜਾਵੇ ਇਸ ਪਿਆਰ ਨੂੰ ਸਿੱਖਦਿਆਂ ਇਹਦੇ ਲੇਖੇ, ਮੈਨੂੰ ਕੋਈ ਗੱਲ ਨਹੀਂ ਹੈ, ਜੋ ਬਨ ਜਾਂਦੇ ਨਾ ਡਰਾਂ ਜਿਸ ਸਹਿ ਪ੍ਰੀਤ ਨਾ ਜਾਏ। ਪਰ ਕਹਿੰਦੇ ਨੇ, ਜੇ ਮੈਂ ਇਹ ਵੇਖਦਾ ਨਾ ਵੀ ਪਿਆਰ ਤੋਂ ਬਿਨਾਂ ਜ਼ਿੰਦਗੀ ਕਿਵੇਂ ਦੀ ਹੋਵੇਗੀ, ਫਰੀਦਾ ਕਿਤੀ ਜੋ ਬਨ ਪ੍ਰੀਤ ਬਿਨ, ਕਿੰਨੀ ਜਵਾਨੀਆਂ ਨੇ ਜਿਹੜੀਆਂ ਪਿਆਰ ਤੋਂ ਬਿਨਾਂ ਸੁੱਕ ਗਏ, ਕੁਮਲਾਏ, ਜਾਂ ਤਾਂ ਬਿਲਕੁਲ ਸੁੱਕੇ ਨੇ ਜਾਂ ਕੁਮਲਾ ਗਏ ਨੇ, ਬਸ ਵਿੱਚੋਂ ਜ਼ਿੰਦਗੀ ਦੇ ਵਿੱਚੋਂ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਨੇ, ਹੁਣ ਤਾਂ ਬਸ ਉੱਥੇ ਕੈਲੰਡਰਾਂ ਵਾਲੇ ਸਾਹ ਪੂਰੇ ਹੋ ਰਹੇ ਨੇ ਵੀ ਕਦੋਂ ਸਮਾਂ ਪੂਰਾ ਹੋਵੇ ਅਤੇ ਗਾਂਹ ਤੁਰੀਏ ਕਿਸੇ ਪਾਸੇ। ਦੋਵੇਂ ਚੀਜ਼ਾਂ ਮੁੱਕ ਗਈਆਂ। ਪਿਆਰ ਜਿਉਂਦਾ ਰੱਖਦਾ ਹੈ ਜੀਵਨ ਦੇ ਵਿੱਚ, ਪਿਆਰ ਅੱਗੇ ਤੋਰਦਾ ਹੈ। ਜਵਾਨੀ ਅੱਜ ਹੈ, ਕੱਲ੍ਹ ਨਹੀਂ ਹੋਵੇਗੀ, ਜਵਾਨੀ ਹਮੇਸ਼ਾ ਬਜ਼ੁਰਗੀ ਦੇ ਵਿੱਚ ਬਦਲੇਗੀ। ਪਿਆਰ ਚੀਜ਼ ਹੀ ਇੱਦਾਂ ਦੀ ਹੈ, ਬਜ਼ੁਰਗ ਨਹੀਂ ਹੁੰਦਾ ਕਦੀ। ਪਿਆਰ ਦੇ ਉੱਤੇ ਉਮਰ ਦਾ ਕੀ ਸੰਬੰਧ ਹੈ, ਪਿਆਰ ਦੇ ਉੱਤੇ ਸਮੇਂ ਦਾ ਕੀ ਸੰਬੰਧ ਹੈ ਵੀ ਅੱਜ ਪਿਆਰ ਜਵਾਨ ਹੈ ਅਤੇ ਕੱਲ੍ਹ ਨੂੰ ਬੁੱਢਾ ਹੋ ਜਾਵੇਗਾ, ਉਹ ਪਿਆਰ ਹੀ ਕਾਹਦਾ ਜਿਹੜਾ ਬੁੱਢਾ ਹੋ ਗਿਆ। ਉਹ ਸਮਝਣ ਦੀਆਂ ਗੱਲਾਂ ਨੇ, ਹੈ ਸਿਰਫ ਮੰਨ ਲਓ ਇਹ ਮੈਂ ਕਿਸੇ ਦੇ ਕੋਲੋਂ ਸਿੱਖੀ ਜਾਂ ਮੈਂ ਸਮਝੀ, ਮੈਂ ਆਪ ਜੀ ਦੇ ਅੱਗੇ ਰੱਖ ਦਿੱਤੀ, ਕੱਲ੍ਹ ਨੂੰ ਤੁਸੀਂ ਕਿਸੇ ਦੇ ਅੱਗੇ ਰੱਖ ਦਿਓ, ਹੈ ਤਾਂ ਭਾਈ ਅਨੁਭਵ ਦੀਆਂ ਗੱਲਾਂ ਨੇ ਕਿ ਅਸੀਂ ਆਪਣੇ ਆਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਿੰਨਾ ਰਿਅਲਾਈਜ਼ ਕਰਦੇ ਹਾਂ ਵੀ ਸਾਡੇ ਅੰਦਰ ਮਾਲਕ ਨੇ ਇਹ ਦਾਤ ਪਾਈ ਹੋਈ ਹੈ ਵੀ ਸਾਡਾ ਦਿਲ ਖਿੜਿਆ ਰਹਿੰਦਾ ਹੈ, ਸਾਡਾ ਦਿਲ ਪ੍ਰਸੰਨ ਰਹਿੰਦਾ ਹੈ, ਕਿ ਜਾਂ ਬਸ ਉਹ ਸੁੱਕੇ ਪੱਤੇ ਨੇ ਜਿਹੜੇ ਅੱਗ ਦਾ ਇੰਤਜ਼ਾਰ ਕਰਦੇ ਪਏ ਨੇ, ਜਾਂ ਫਿਰ ਇੱਦਾਂ ਦਾ ਹਾਲ ਹੋ ਗਿਆ ਹੈ ਵੀ ਨਹੀਂ ਸਿਰ ਸੁੱਟਿਆ ਪਿਆ ਹੈ ਜੀ, ਕੱਖ ਨਹੀਂ ਬਚ ਗਿਆ ਜੀਵਨ ਦੇ ਵਿੱਚ, ਜਵਾਨੀਆਂ ਇਸ ਪਾਸੇ ਦੀਆਂ ਤੁਰੀਆਂ ਨੇ। ਮਹਾਰਾਜ ਕਿਰਪਾ ਕਰੇ, ਦਾਤੇ ਦੇ ਕੋਲੋਂ ਇੰਨਾ ਕੁਝ ਮੰਗਦੇ ਹਾਂ, ਉੱਥੇ ਪ੍ਰਸੰਨਤਾ ਦੀ ਦਾਤ ਵੀ ਮੰਗ ਲਈਏ ਵੀ ਸੱਚੇ ਪਾਤਸ਼ਾਹ ਇਸ ਜੀਵਨ ਨੂੰ ਇੱਕ ਵਾਰ ਪਿਆਰ ਦੀ ਸ਼ੋਅ ਬਖਸ਼ਿਓ। ਉਹ ਜਦੋਂ ਸ਼ੋਅ ਬਖਸ਼ੀ ਜਾਂਦੀ ਹੈ ਨਾ, ਉਹਦੇ ਆਸਰੇ ਕਈ ਸਾਲ ਬੰਦਾ ਜ਼ਿੰਦਗੀ ਵੈਸੇ ਕੱਢ ਜਾਂਦਾ ਹੈ, ਵੈਸੇ ਬੰਦਾ ਤਗੜਾ ਹੋ ਜਾਂਦਾ ਹੈ, ਪਰ ਦਾਤਾ ਉਹ ਦਾਤ 'ਤੇ ਦੇਵੇ। ਸਾਡੇ ਸੈਂਟਰ ਬੰਦ ਨੇ ਇਸ ਪਾਸੇ ਤੋਂ, ਮੈਂ ਮਾਫ਼ੀ ਮੰਗ ਕੇ ਆਖਰੀ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ, ਸਾਰੇ ਸੈਂਟਰ ਬੰਦ ਨੇ ਇਸ ਪਾਸੇ ਤੋਂ, ਪਿਆਰ ਸਿਖਾਉਣ ਦੇ ਸੈਂਟਰ ਹੈ ਹੀ ਨਹੀਂ ਨੇ ਇੱਥੇ, ਜਾਂ ਤਾਂ ਸਿਖਾਇਆ ਜਾਂਦਾ ਹੈ ਕਾਮ, ਜਾਂ ਸਿਖਾਇਆ ਜਾਂਦਾ ਹੈ ਮੋਹ, ਅਤੇ ਜਾਂ ਸਿਖਾਇਆ ਜਾਂਦਾ ਛੱਡੋ ਸਾਰਾ ਕੁਝ ਅਤੇ ਨਿਕਲ ਜਾਓ, ਇਹਨਾਂ ਚੀਜ਼ਾਂ ਦੇ ਵਿੱਚ ਕੱਖ ਨਹੀਂ ਪਿਆ ਹੋਇਆ, ਉਹ ਪਿਆਰ ਨਹੀਂ ਸਿਖਾਇਆ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ। ਜਦੋਂ ਤੱਕ ਇਹੀ ਨਹੀਂ ਸਿਖਾਇਆ ਜਾਂਦਾ, ਉਹ ਥੱਬੇ ਦੇ ਥੱਬੇ ਦਿਮਾਗ ਦੇ ਉੱਤੇ ਕਿਤਾਬਾਂ ਦੇ ਭਰੇ ਹੋਏ ਨੇ, ਕੈਲਕੂਲੇਸ਼ਨਸ ਬਹੁਤ ਯਾਦ ਨੇ, ਪਰ ਜਦੋਂ ਕਹੀਏ ਵੀ ਇਨਸਾਨੀਅਤ ਦੀਆਂ ਗੱਲਾਂ ਕਰਕੇ ਵੇਖ ਲਓ, ਇਮੋਸ਼ਨਲੈਸ ਬੰਦੇ, ਆਪਣਾ ਸਬਕ ਸਭ ਕੁਝ ਚੇਤੇ ਹੈ ਵੀ ਮੇਰਾ ਪਾਸਾ ਉੱਤੇ ਹੋਣਾ ਚਾਹੀਦਾ ਹੈ, ਮੈਂ ਅਤੇ ਮੇਰਾ, ਉਹ ਤਾਂ ਮੋਹ ਦਾ ਚਿੱਕੜੀ ਹੈ। ਗੁਰੂ ਬਖਸ਼ ਲਵੇ, ਦਾਤਾ ਇਹਨਾਂ ਦਾਤਾਂ ਦੇ ਨਾਲ ਨਿਵਾਜੇ, ਪਿਆਰ ਦੀ ਦਾਤ ਝੋਲੀ ਦੇ ਵਿੱਚ ਪਾਵੇ, ਫਿਰ ਨਹੀਂ ਤਾਂ ਇਹ ਨਹੀਂ ਪੈਂਦੀ, ਫਿਰ ਅਗਲਾ ਸਲੋਕ ਵੀ ਇਹਦੇ ਨਾਲ ਹੀ ਸੰਬੰਧਿਤ ਹੈ। ਗੁਰੂ ਕਿਰਪਾ ਕਰੇ, ਕੱਲ੍ਹ ਅਸੀਂ ਵਿਚਾਰਾਂਗੇ, ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ।